ਸਰਦਾਰ ਸਰਬਨ ਸਿੰਘ ਜੀ ਨਾਲ ਲੈ ਲਓ ਜੀ, ਇਹਨਾਂ ਨੂੰ ਨਾਲ ਲੈ ਕੇ ਮੈਚ ਸ਼ੁਰੂ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਅੱਜ ਚਾਰ ਕਲੱਬ, ਬਹੁਤ ਹੀ ਉੱਚ ਕੋਟੀ ਦੇ ਕਲੱਬ ਕਬੱਡੀ ਦੇ ਪਹੁੰਚ ਰਹੇ ਆ। ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ, ਭਾਉਸਵਾਨ ਸਿੰਘ ਜੀ ਇੱਥੇ ਬੈਠੇ ਨੇ, ਗੱਲ ਬਣੀ ਜਾਣਾ ਪੈਣਾ ਨਾਲ। ਰਾਇਲ ਕਲੱਬ ਡਡਵੰਡੀ, ਭਾਉਸਵਾਨ ਸਿੰਘ ਜੀ ਅਮਰੀਕਾ ਤੋਂ ਆ ਗਏ, ਇੱਥੋਂ ਵੀ ਜਾਓ ਸਟੇਜ ਤੋਂ ਵੀ ਨਾਲ। ਬਾਬਾ ਬਰਾਦ ਸ਼ਾਹ ਕਲੱਬ ਨਕੋਦਰ, ਦੁੱਗਲ ਕਲੱਬ ਹੁਸ਼ਿਆਰਪੁਰ, ਬਹੁਤ ਹੀ ਉੱਚ ਕੋਟੀ ਦੀਆਂ ਚਾਰੇ ਟੀਮਾਂ ਸਾਡੇ ਕੋਲ ਪਹੁੰਚ ਰਹੀਆਂ। ਇੱਕ ਨਵਾਂ ਪਿੰਡ ਦੋਨੇਵਾਲ ਓਪਨ ਦੀ ਟੀਮ ਨੋਟ ਕਰ ਲਵੇ, ਨਾਲ ਮੈਰੀਪੁਰ। ਇਹਨਾਂ ਦਾ ਜਦੋਂ ਫਾਈਨਲ ਮੈਚ ਹੋਣਾ, ਇਹਨਾਂ ਤੋਂ ਪਹਿਲਾਂ ਇਹਨਾਂ ਦਾ ਇੱਕ ਮੈਚ ਖੇਡਿਆ ਜਾਊਗਾ। ਇਹ ਟਾਈਮ ਦੇ ਪਾਬੰਦ ਰਹਿਣ ਦੋਵੇਂ ਟੀਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਜ ਕਮੇਟੀ ਤੇ ਨਗਰ ਪੰਚਾਇਤ ਖਾੜੇ ਦੇ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕਬੱਡੀ ਸ਼ੁਰੂ ਕਰਾਉਣ ਜਾ ਰਹੇ ਆ। ਕਿਰਪਾ ਕਰਕੇ ਇਹਨਾਂ ਦਾ ਸਵਾਗਤ ਕਰਨ ਵਾਸਤੇ ਰੈਫਰੀ ਸਾਹਿਬਾਨ ਤੇ ਹੋਰ ਸੱਜਣ ਮਿੱਤਰ ਤਾੜੀਆਂ ਨਾਲ ਸਵਾਗਤ ਕਰਨ ਜੀ। ਖੇਡ ਮੈਦਾਨ ਦੇ ਵਿੱਚ ਕਬੱਡੀ ਦੀ ਰਸਮੀ ਰਵਾਇਤ ਸ਼ੁਰੂ ਹੋ ਰਹੀ ਆ। ਆਸ਼ੀਰਵਾਦ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਆ ਤੇ ਮੈਚ ਦੀ ਸ਼ੁਰੂਆਤ ਕੁਝ ਮਿੰਟਾਂ ਬਾਅਦ ਦੇਖਣ ਨੂੰ ਤੁਹਾਨੂੰ ਸਾਰਿਆਂ ਦੇ ਸਾਹਮਣੇ ਖਿਡਾਰੀ ਜ਼ੋਰ ਦਿਖਾਉਣਗੇ। ਅੱਜ ਆਪਣਾ ਸਿੰਜ ਕਮੇਟੀ ਦਾ ਪ੍ਰੋਗਰਾਮ WWW ਕਬੱਡੀ 365.com ਤੇ ਚੱਲ ਰਿਹਾ ਲਾਈਵ। ਸਾਰੇ ਸਾਜ ਧੱਜ ਕੇ, ਸਾਰੇ ਸੱਜਣ ਮਿੱਤਰ ਵਧੀਆ ਨਜ਼ਾਰੇ ਨਾਲ ਫੋਟੋਆਂ ਕਰਾਓ ਤਾਂ ਕਿ ਬਾਹਰ ਆਪਣੇ ਬੱਚੇ ਬੈਠੇ ਦੇਖ ਸਕਣ ਜੀ। ਯਾਦਗਾਰੀ ਪਲਾਂ ਨੂੰ ਕੈਚ ਕੀਤਾ ਜਾ ਰਿਹਾ, ਆਪਾਂ ਲੰਬਾ ਸਮਾਂ ਸਾਂਭ ਕੇ ਰੱਖਣੇ ਆ। ਨਵਾਂ ਪਿੰਡ ਦੋਨੇਵਾਲ ਦੀ ਧਰਤੀ, ਸ਼ਹੀਦ ਊਧਮ ਸਿੰਘ ਸਟੇਡੀਅਮ,
ਆਪ ਸਭ ਦਾ ਹਾਰਦਿਕ ਸਵਾਗਤ ਹੈ ਇੱਥੇ ਪਹੁੰਚਣ ਦੇ ਵਾਸਤੇ। ਸਲਾਨਾ ਛਿੰਝ ਮੇਲਾ ਦੂਸਰੇ ਦਿਨ ਦੀਆਂ ਖੇਡਾਂ ਸ਼ੁਰੂ ਹੋਣ ਲੱਗੀਆਂ ਨੇ ਵੀਰਿਓ, ਔਰ ਜਿੱਥੋਂ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਆਪ ਸਭ ਨੂੰ ਖੁੱਲ੍ਹਾ ਸੱਦਾ, ਹੁੰਬ ਹੁੰਬਾ ਕੇ ਇਸ ਖੇਡ ਕੁੰਭ ਦੇ ਵਿੱਚ ਪਹੁੰਚੋ ਔਰ ਸ਼ੁਭ ਆਰੰਭ। ਦੂਸਰੇ ਦਿਨ ਦੀਆਂ ਖੇਡਾਂ ਸਮੁੱਚੇ ਗ੍ਰਾਮ ਪੰਚਾਇਤ ਛਿੰਝ ਕਮੇਟੀ ਐਨ ਆਰ ਏ ਸੱਜਣ ਸੁਬਹੁਤ ਮਾਣ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਨਾਵਾਂ ਦੇ ਨਾਲ ਬਹੁਤ ਵੱਡੇ ਵਿਸ਼ੇਸ਼ਣ ਲੱਗੇ ਹੋਏ ਹੈ, ਜਿਨ੍ਹਾਂ ਨੇ ਚੰਗੀ ਸਮਾਜ ਸੇਵਾ ਕੀਤੀ ਹੈ ਔਰ ਦੁਨੀਆ ਇਹਨਾਂ ਸਾਡੇ ਪਿਆਰੇ ਵੀਰਾਂ ਨੂੰ ਦੂਰ ਦੂਰ ਤੱਕ ਜਾਣਦੀ ਹੈ। ਉਹ ਆਪਣੇ ਕਾਰ ਕਮਲਾਂ ਦੇ ਨਾਲ ਦੂਸਰੇ ਦਿਨ ਦੀਆਂ ਖੇਡਾਂ ਦਾ ਸ਼ੁਭ ਆਰੰਭ ਕਰਨ ਤੋਂ ਬਾਅਦ ਮੰਚ ਦੇ ਉੱਤੇ ਸੱਜਣ ਲੱਗੇ ਹੈ। ਔਰ ਆਓ ਅੱਜ ਦਾ ਅੱਜ ਦੀ ਤਰੀਕ ਦਾ ਇਹ ਪਹਿਲਾ ਫਸਵਾਂ ਮੁਕਾਬਲਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਲੱਗਾ। ਇੱਕ ਪਾਸੇ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਦਾ ਪਿੰਡ ਮੈਰੀਪੁਰ, ਜਦੋਂ ਆਪਾਂ ਹਿਸਟਰੀ ਆਫ ਮੁਗਲ ਪੜ੍ਹਦੇ ਹਾਂ, ਮੁਗਲਾਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਇਸ ਪਿੰਡ ਦੀ ਗੱਲ ਹੁੰਦੀ ਹੈ। ਦੂਸਰੇ ਪਾਸੇ ਨਵਾਂ ਪਿੰਡ ਦੋਨੇਵਾਲ, ਜਿੱਥੇ ਰੌਣਕਾਂ ਕੱਲ੍ਹ ਵੀ ਲੱਗੀਆਂ ਸੀ, ਜਿੱਥੇ ਰੌਣਕਾਂ ਅੱਜ ਵੀ ਤੁਸੀਂ ਦੇਖ ਰਹੇ ਹੋ, ਜਿੱਥੇ ਰੌਣਕਾਂ ਪਿਛਲੇ ਸਾਲਾਂ ਦੇ ਵਿੱਚ ਵੀ ਲੱਗਦੀਆਂ ਰਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਰੌਣਕਾਂ ਲੱਗਣਗੀਆਂ। ਔਰ ਦੂਸਰੇ ਪਾਸੇ ਉਹ ਮਾਣ ਮੱਤਾ ਪਿੰਡ ਨਵਾਂ ਪਿੰਡ ਦੋਨੇਵਾਲ ਦੀ ਟੀਮ ਦੇ ਇਹ ਹੋਣਹਾਰ ਹੀਰੇ ਪੂਰੀ ਤਿਆਰੀ ਦੇ ਵਿੱਚ ਖਲੋਤੇ ਆ। ਬੜੀ ਖੁਸ਼ੀ ਦੀ ਗੱਲ ਆ, ਜਿੱਦਾਂ ਆਪਾਂ ਮੈਚ ਕਰਾ ਰਹੇ ਹਾਂ ਇਹਦੇ ਨਾਲ ਨਾਲ ਆਪਾਂ ਨੂੰ ਮਾਇਆ ਨਾਲ ਵੀ ਨਵਾਜਿਆ ਜਾ ਰਿਹਾ। ਸਰਦਾਰ ਸੂਤ ਸਿੰਘ ਜੀ ਐਕਸਿਨ ਸਾਹਿਬ, ਵਾਟਰ ਸਪਲਾਈ ਵਸਨੀਕ ਨਵਾਂ ਪਿੰਡ ਦੋਨੇਵਾਲ, ਜਿਨ੍ਹਾਂ ਦੀ ਰਿਹਾਇਸ਼ ਅੱਜ ਕੱਲ੍ਹ ਬਠਿੰਡਾ ਦੇ ਵਿੱਚ ਆ, 2100 ਰੁਪਈਆ ਦੇ ਕੇ ਆਪਾਂ ਨੂੰ ਇਹ ਛਿੰਝ ਦੇ ਵਿੱਚ ਆਪ ਪਹੁੰਚ ਕੇ ਹੌਸਲਾ ਅਫਸਾਈ ਕਰ ਰਹੇ ਆ, ਨਾਲੇ ਛਿੰਝ ਦਾ ਆਨੰਦ ਮਾਣ ਰਹੇ ਆ। ਬਹੁਤ ਬਹੁਤ ਧੰਨਵਾਦ ਜੀ। ਬਲਦੇਵ ਸਿੰਘ ਸੈਕਟਰੀ ਸਾਹਿਬ ਹੋਣਾ ਨੇ ਬਹੁਤ ਹਿੰਮਤ ਕਰਕੇ ਨਾਲ ਖਾੜੇ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਲਿਆਉਂਦੇ ਆ। ਇਹ ਸਰਦਾਰ ਗੁਰਜੀਤ ਸਿੰਘ ਜੀ ਪਿੰਡ ਦਰੀਆਲ ਤੋਂ ਆਪਣੇ ਕੋਲ ਪਹੁੰਚੇ ਆ, ਉਹਨਾਂ ਦੇ ਕੋਲੋਂ 500 ਰੁਪਇਆ ਲਿਆ ਕੇ ਛਿੰਝ ਹੌਸਲਾ ਅਫਸਾਈ ਕਰ ਰਹੇ ਆ ਜੀ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਦਰਸ਼ਕ ਵੀਰੋ, ਨਿਗਾਹ ਘਬਾ ਲਓ ਇੱਧਰ ਖੇਡ ਦੇ ਮੈਦਾਨ ਦੇ ਵੱਲ। ਇਹ ਜਿਹੜਾ ਦਾਇਰਾ ਹੈ ਇਹਦੀ ਮਿਣਤੀ 65 ਫੁੱਟ ਵੀ ਹੋ ਸਕਦੀ ਹੈ, 62 ਫੁੱਟ ਵੀ ਹੋ ਸਕਦੀ ਹੈ। ਔਰ ਸਾਹਮਣੇ ਜਿਹੜੀਆਂ ਦੋ ਟੀਮਾਂ ਖੇਡ ਰਹੀਆਂ ਮੈਂ ਉਹਨਾਂ ਬਾਰੇ ਦੱਸ ਦਿਆਂ। ਨਵਾਂ ਪਿੰਡ ਦੋਨੇਵਾਲ, ਜਿੱਧਰਲੇ ਪਾਸੇ ਮੇਨ ਗੇਟ ਹੈ, ਜਿੱਧਰਲੇ ਪਾਸੇ ਲਿੰਕ ਰੋਡ ਜਿਹੜੀ ਲੋਹੀਆਂ ਤੋਂ ਆਉਂਦੀ ਹੈ, ਮਲਸੀਆਂ ਸ਼ਾਹਕੋਟ ਜਾਂਦੀ ਹੈ, ਉਧਰਲੇ ਪਾਸੇ ਨਵਾਂ ਪਿੰਡ ਦੋਨੇਵਾਲ ਦੀ ਧਰਤੀ ਦੇ ਇਹ ਗੱਭਰੂ ਹੈ ਤੇ ਦੂਸਰੇ ਪਾਸੇ ਮੈਰੀਪੁਰ। ਔਰ ਇਹ ਮੁਕਾਬਲਾ ਤੁਹਾਡੇ ਸਾਹਮਣੇ ਹੈ, ਬਹੁਤ ਸੋਹਣਾ ਅੰਕ ਮੈਰੀਪੁਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਆਓ ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ। ਦਰਸ਼ਕ ਵੀਰਾਂ ਵੱਲੋਂ ਬੇਨਤੀ ਆ ਕਿ ਖੇਡ ਮੈਦਾਨ ਦੇ ਵਿੱਚ ਜਿਹੜੇ ਖਿਡਾਰੀ ਖੇਡ ਰਹੇ ਜਾਫੀ ਆ ਇਸ ਵੇਲੇ, ਸੁਖਵਿੰਦਰ ਸਿੰਘ ਜੀ ਇਹਨਾਂ ਨੂੰ ਇਧਰਲੇ ਪਾਸੇ ਲਿਆਓ। ਦਰਸ਼ਕ ਵੀਰਾਂ ਦੀ ਬੇਨਤੀ ਆ ਕਿ ਖੇਡ ਦਾ ਮਜ਼ਾ ਤਾਂ ਹੀ ਆਉਂਦਾ ਜਾਫੀ ਦਿਸੇ। ਆ ਚੋਵਨ ਨਾਮ ਹੈ ਇਸ ਖਿਡਾਰੀ ਦਾ, ਸਿੱਖ ਸਰਦਾਰ ਰੇਡਰ ਨੌਜਵਾਨ ਨੋਵਾ ਪਿੰਡ ਦੋਨੇਵਾਲ। ਕੱਲ ਵੀ ਤਕੜੀਆਂ ਕਬੱਡੀਆਂ ਪਾਈਆਂ ਤੇ ਅੱਜ ਦੇਖਾਂਗੇ ਅੱਜ ਦੀ ਤਰੀਕ ਦੇ ਵਿੱਚ ਇਸ ਖੇਡ ਦੇ ਮੈਦਾਨ ਦੇ ਵਿੱਚ ਕਿਹੋ ਜੀ ਗੱਲ ਕਰਦਾ ਇਹ ਨੌਜਵਾਨ। ਚਾਰ ਜਾਫੀਆਂ ਨੇ ਬਹੁਤ ਸੋਹਣੀ ਚੇਨ ਬਣਾਈ ਹੋਈ ਹੈ, ਐਦਾਂ ਲੱਗਦਾ ਦੇਖਣ ਨੂੰ ਵੀ ਜਿੱਦਾਂ ਇੱਕੋ ਮਾਂ ਦੇ ਜਾਏ ਹੁੰਦੇ ਆ ਨੌਜਵਾਨ। ਪਰ ਪੰਜਾਬੀ ਵੀਰੋ, ਇੱਕੋ ਮਾਂ ਦੇ ਜਾਏ ਨਹੀਂ, ਪਰ ਇਸ ਖੇਡ ਦੇ ਵਿੱਚ ਪਿਆਰ ਜਿਹੜਾ ਉਹ ਸਕੇ ਭਰਾਵਾਂ ਦੇ ਨਾਲੋਂ ਵੀ ਵੱਧ ਹੈ। ਸੋ ਆਓ ਉਸ ਸਾਹਮਣੇ ਦੁਬਾਰਾ ਫੇਰ ਅਗਲੀ ਕਬੱਡੀ ਨਵਾਂ ਪਿੰਡ ਦੋਨੇਵਾਲ ਦੇ ਇਸ ਖਿਡਾਰੀ ਦੇ ਵੱਲੋਂ ਹੈ। ਸਾਹਮਣੇ ਨੌਜਵਾਨ ਰਾਜੂ ਆਖਦੇ ਆ ਔਰ ਨਾਲ ਇਹਨਾਂ ਦੇ ਕੋਚ ਸਾਹਿਬ ਖਲੋਤੇ ਆ, ਸਤਨਾਮ ਨਾਮੀ ਜੀ,
ਡਡਵਿੰਡੀ ਵਾਲੇ ਪਹਿਲਾਂ ਕੋਚ ਤੋਂ ਲੱਗ ਕੇ ਪਿੰਡ ਦੇ ਸਰਪੰਚ ਤੱਕ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ। ਸੋ ਅੱਜ ਇਹਨਾਂ ਖਿਡਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਸੋ ਬੜਾ ਵੱਡਾ ਮਾਣ ਔਰ ਪੰਜਾਬ ਦੇ ਵੱਖ ਵੱਖ ਖੇਡ ਮੈਦਾਨਾਂ ਦੇ ਵਿੱਚ ਜਿੱਥੇ ਹਰ ਟੀਮ ਦੇ ਵਿੱਚ ਇਹਨਾਂ ਦੇ ਤਿਆਰ ਕੀਤੇ ਹੋਏ ਖਿਡਾਰੀ ਖੇਡਦੇ ਆ ਉੱਥੇ ਇਹਨਾਂ ਦਾ ਵੱਖ ਵੱਖ ਖੇਡ ਮੁਕਾਬਲਿਆਂ ਦੇ ਵਿੱਚ ਮਾਣ ਸਨਮਾਨ ਵੀ ਹੋਇਆ ਕਿਤੇ ਮੋਟਰਸਾਈਕਲ ਦੇ ਨਾਲ ਤੇ ਕਿਸੇ ਹੋਰ ਤਰੀਕੇ ਦੇ ਨਾਲ। ਜਿਸ ਤਰ੍ਹਾਂ ਖਿਡਾਰੀ ਖੇਡ ਰਿਹਾ ਇਹਨਾਂ ਦੇ ਮਾਣ ਸਨਮਾਨ ਵਾਸਤੇ ਮਾਇਆ ਪਹੁੰਚ ਰਹੀ ਆ। ਸਰਦਾਰ ਲਕਸ਼ਮਣ ਸਿੰਘ ਜੀ ਖਿਡਾਰੀ ਜੋਬਨ ਵਾਸਤੇ 100 ਰੁਪਈਆ ਭੇਜ ਰਹੇ ਆ। ਇਸੇ ਤਰ੍ਹਾਂ ਇਹਨਾਂ ਦਾ ਮਾਣ ਸਨਮਾਨ ਹੋਰ ਹੋਣਾ ਆ। ਕਿਰਪਾ ਕਰਕੇ ਸਾਡੀ ਵੀ ਬੇਨਤੀ ਦਰਸ਼ਕਾਂ ਦੀ, ਮਨਜ਼ੂਰ ਕਰੋ ਇਧਰਲੇ ਪਾਸੇ ਸਟੇਜ ਤੇ ਆਓ। ਬਸ ਇੱਥੇ ਠੀਕ ਆ, ਉਧਰੋਂ ਪਤਾ ਨਹੀਂ ਸੀ ਲੱਗਦਾ ਕਿਹੜਾ ਜਾਫੀ ਫੜ ਰਿਹਾ ਕਿਹੜਾ ਨਹੀਂ। ਆਓ ਸਾਹਮਣੇ ਦੁਬਾਰਾ ਫੇਰ ਅਗਲੀ ਕਬੱਡੀ ਪਾਉਂਦਾ ਹੋਇਆ ਇਹ ਨੌਜਵਾਨ ਹੈ, ਹੱਥ ਜੁੜੇ ਹੋਏ ਆ ਔਰ ਜਵਾਨੀ ਭੱਜੀ ਫਿਰਦੀ ਖੇਡ ਦੇ ਮੈਦਾਨ ਦੇ ਵਿੱਚ। ਅਸਲ ਦੇ ਵਿੱਚ ਪੰਜਾਬੀ ਵੀਰੋ, ਇਹ ਜਿਹੜੀ ਪੰਜਾਬ ਦੀ ਜਵਾਨੀ ਹੈ ਜਦੋਂ ਖੇਡ ਮੈਦਾਨਾਂ ਦੇ ਵਿੱਚ ਦੌੜਦੀ ਆ ਬਹੁਤ ਹੀ ਵਧੀਆ ਲੱਗਦੀ ਆ, ਬੜਾ ਮਨ ਖੁਸ਼ ਹੁੰਦਾ ਵੀ ਖਿਡਾਰੀ ਜਿਹੜੇ ਆ ਕਬੱਡੀ ਖੇਡਦੇ ਆ ਜਾਂ ਕੋਈ ਹੋਰ ਮੈਚ ਖੇਡਦੇ ਆ। ਪਰ ਜਦੋਂ ਇਹ ਜਵਾਨੀ ਨਸ਼ਿਆਂ ਦੀ ਪੂਰਤੀ ਦੇ ਵਾਸਤੇ ਮੈਡੀਕਲ ਹਾਲਾਂ ਦੇ ਗੇੜੇ ਕੱਢਦੀ ਹੈ ਉਦੋਂ ਵਧੀਆ ਨਹੀਂ ਲੱਗਦੀ। ਸੋ ਨੌਜਵਾਨੋ, ਸੰਭਲੋ ਸੰਭਾਲੋ ਆਪਣੇ ਆਪ ਨੂੰ ਔਰ ਇਹਦਾ ਖੇਡ ਮੈਦਾਨਾਂ ਦੇ ਵਿੱਚ ਆਓ, ਬੜਾ ਮਾਣ ਮਿਲੇਗਾ। ਸਾਹਮਣੇ ਨੌਜਵਾਨ ਜੋਬਨ ਔਰ ਦੂਸਰੇ ਪਾਸੇ ਮੈਰੀ ਪ੍ਰੀਆ ਸ਼ੇਰ ਕਨੈਰੀ ਮੋਹਰ ਬਣਿਆ ਹੋਇਆ। ਆਓ ਅਗਲੀ ਕਬੱਡੀ ਦੁਬਾਰਾ ਫੇਰ ਪਹੁੰਚ ਚੱਲਿਆ ਇਹ ਨੌਜਵਾਨ ਜੋਬਨ ਵਾਸਤੇ ਮਾਨ ਸਨਮਾਨ ਪਹੁੰਚਿਆ ਦੁਬਾਰਾ ਫਿਰ। ਸਰਦਾਰ ਦਰਦਾਰ ਸਿੰਘ ਜੀ ਜੋਬਨ ਵਾਸਤੇ 100 ਰੁਪਈਆ ਸਟੇਜ ਤੇ ਬਹੁਤ ਸਨਮਾਨ ਕਰਕੇ ਗਏ ਆ। ਸਾਰੇ ਖਿਡਾਰੀਆਂ ਦਾ ਮਾਨ ਸਨਮਾਨ ਹੋ ਰਿਹਾ। ਇਹ ਮਾਨ ਸਨਮਾਨ ਨੂੰ ਸੰਭਾਲ ਕੇ ਮਾਪਿਆਂ ਦਾ ਨਾਂ ਆਪਾਂ ਉੱਚਾ ਕਰਨਾ, ਨਾ ਕਿ ਦੂਸਰੇ ਪਾਸੇ ਕਿਸੇ ਹੋਰ ਪੈਸੇ ਖਰਚ ਕੇ ਆਪਾਂ ਦੂਜੇ ਪਾਸੇ ਨੂੰ ਡੀਗ੍ਰੇਡ ਕਰਨਾ। ਇਹਨੂੰ ਅਪ ਸਟੇਟ 'ਚ ਲਿਆ ਕੇ ਖਿਡਾਰੀਆਂ ਦਾ ਮਾਨ ਸਨਮਾਨ, ਪਿੰਡ ਦਾ ਨਾਂ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਜੀ। ਸਰਦਾਰ ਸੰਤੋਖ ਸਿੰਘ ਜੀ ਬੱਗਾ, ਬਹੁਤ ਹੀ ਵਧੀਆ ਗੱਲ ਆ ਗਿਆ ਖਿਡਾਰੀਓ ਤੁਹਾਡੇ ਵਾਸਤੇ। ਇਹ ਜਿਹੜਾ ਮਾਣ ਸਨਮਾਨ ਮਿਲਦਾ, ਇਹ ਮਾਣ ਸਨਮਾਨ ਜਿਹੜਾ ਤੁਸੀਂ ਅੱਛੀ ਖੁਰਾਕ ਲੈਣੀ ਹੈ ਉਹਨੂੰ ਢਿੱਡ ਦੇ ਵਿੱਚ ਪਾਉਣਾ ਔਰ ਇਹਦਾ ਖੇਡ ਮੈਦਾਨਾਂ ਦੇ ਵਿੱਚ ਆਪਣਾ ਨਾਮ ਵੀ ਉੱਚਾ ਕਰਨਾ, ਪਿੰਡ ਦਾ ਨਾਮ ਵੀ ਉੱਚਾ ਕਰਨਾ। ਸੋ ਇਹ ਤੁਹਾਨੂੰ ਬੇਨਤੀ ਹੈ। ਆਓ ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ ਦੇ ਵਾਸਤੇ ਇਹ ਨੌਜਵਾਨ ਹੈ। ਚਾਰ ਹੀਰੇ, ਬਹੁਤ ਸੋਹਣੀ ਚੇਨ ਔਰ ਪਿਛਲੇ ਪਾਸੇ ਮਾਂ ਖੇਡ ਕਬੱਡੀ ਦਾ ਵਾਗੇ ਵਾਲਾ ਬਾਰਡਰ ਔਰ ਇੱਧਰ ਇਹਨੂੰ ਕਹਿੰਦੇ ਹੁੰਦੇ ਆ ਵੀ ਇਸ ਖੇਡ ਕਬੱਡੀ ਦੇ ਵਿੱਚ ਬੜਾ ਖਤਰਨਾਕ ਦਾਅ ਹੈ, ਇਹਨੂੰ ਕਹਿੰਦੇ ਹੁੰਦੇ ਵੀ ਪੁੱਠੀ ਮਾਰਨੀ। ਸੋ ਬਹੁਤ ਸੋਹਣਾ ਨਵੇਕਲਾ ਦਾਅ, ਕਿਸੇ ਨੂੰ ਗੁੱਟ ਫੜਨ ਦੀ ਮਹਾਰਤ ਹੁੰਦੀ ਹੈ, ਕਿਸੇ ਨੂੰ ਗਿੱਟਾ ਫੜਨ ਦੀ ਮਹਾਰਤ ਹੁੰਦੀ ਹੈ ਔਰ ਕਿਸੇ ਦੀ ਮਾਤ ਚੀਜ਼ ਦੇ ਵਿੱਚ ਹੁੰਦੀ ਹੈ ਕਿ ਉਹ ਪੁੱਠੀ ਬਹੁਤ ਹੀ ਸੋਹਣੀ। ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ ਨਵਾਂ ਪਿੰਡ ਦੋਨੇਵਾਲ ਦੇ ਇਸ ਖਿਡਾਰੀ ਦੇ ਵੱਲੋਂ ਤੋਰੇ ਝੂਮ ਝੂਮ ਉਹਦੀ ਤੋਰ ਮਸਤਾਨੀ, ਰੰਗ ਗੋਰਾ ਮੁੱਛ ਮੁੱਡ ਚੜ੍ਹਦੀ ਜਵਾਨੀ, ਇਹ ਤਾਂ ਬਾਲਾ ਹੀ ਦਲੇਰ ਲੱਗਦਾ। ਸਾਹਮਣੇ ਦੇਖ ਲਓ ਵੀ ਸੁੱਖਾ ਮੁੰਡਾ ਕਬੱਡੀ ਦਾ ਪਲੇਰ ਲੱਗਦਾ, ਸੁੱਖਾ ਮੁੰਡਾ ਕਬੱਡੀ ਦਾ ਪਲੇਰ ਲੱਗਦਾ। ਵਾਹ, ਉੱਠ ਜਵਾਨਾ, ਸਾਂਭ ਹੀਰਿਆ ਜੇ ਸਾਂਭ ਸਕਦਾ। ਦੇਖ ਲਓ ਮੈਦਾਨ ਦੇ ਵਿੱਚ ਜਿਸ ਤਰ੍ਹਾਂ ਕੁਸ਼ਤੀ ਹੋ ਰਹੀ ਹੁੰਦੀ ਹੈ, ਜਿਸ ਤਰ੍ਹਾਂ ਰੈਸਲਿੰਗ ਹੋ ਰਹੀ ਹੁੰਦੀ ਹੈ, ਜਿਸ ਤਰ੍ਹਾਂ ਪਹਿਲਵਾਨਾਂ ਦੇ ਮੁਕਾਬਲੇ ਹੋ ਰਹੇ ਹੁੰਦੇ ਆ। ਸੋ ਇਹੋ ਜਿਹਾ ਮਾਹੌਲ ਖੇਡ ਦੇ ਮੈਦਾਨ ਦੇ ਵਿੱਚ ਹੈ। ਰਾਜੂ ਖਿਡਾਰੀ ਵਾਸਤੇ ਕਾਲਾ ਮੈਂਬਰ ਪੰਚਾਇਤ 100 ਰੁਪਇਆ ਇਨਾਮ ਭੇਜ ਕੇ ਗਿਆ। ਜਦੋਂ ਵੀ ਮੈਚ ਸਮਾਪਤ ਹੁੰਦਾ ਜਿਹੜੇ ਸਟੇਜ ਤੇ ਪੈਸੇ ਆਉਂਦੇ ਆ ਉਹ ਆਪਣਾ ਮਾਨ ਸਨਮਾਨ ਸਟੇਜ ਤੋਂ ਆ ਕੇ ਪ੍ਰਾਪਤ ਕਰਨ ਜੀ। ਬਾਅਦ ਦੇ ਵਿੱਚ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਜਿਹੜੀ ਆਪਾਂ ਗਰਾਊਂਡ ਦੇ ਦੁਆਲੇ ਬਣਾਈ ਆ ਚਾਰ ਦੀਵਾਰੀ, ਇਹ ਤੋਂ ਕਿਰਪਾ ਕਰਕੇ ਪਿੱਛੇ ਹੋ ਕੇ ਪੌੜੀਆਂ ਤੇ ਬੈਠ ਕੇ ਖੇਡ ਦਾ ਆਨੰਦ ਮਾਣੋ ਜੀ। ਕੱਲ ਤੋਂ ਸ਼ੁਰੂ ਹੋਇਆ ਇਹ ਨਵਾਂ ਪਿੰਡ ਦੋਨੇਵਾਲ ਦਾ ਛਿੰਝ ਮੇਲਾ ਅੱਜ ਦੂਸਰੇ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ। ਆਪਾਂ 65 ਕਿਲੋ ਦੇ ਮੁਕਾਬਲੇ ਦੇਖਦੇ ਹਾਂ, ਉਸ ਤੋਂ ਬਾਅਦ ਓਪਨ ਦੇ ਮੁਕਾਬਲੇ ਖੇਡੇ ਜਾਣੇ ਆ ਤੇ ਨੈਕਸਟ ਪੰਜਾਬ ਦੀਆਂ ਜੋ ਕਲੱਬਸ ਹੋਣਗੀਆਂ ਉਹ ਪਹੁੰਚੀਆਂ ਹੋਈਆਂ ਨੇ, ਕਲੱਬਾਂ ਦੇ ਮੁਕਾਬਲੇ ਹੋਣਗੇ। ਔਰ ਇੱਧਰ ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ ਪਾਉਂਦਾ ਹੈ ਮੁੱਠੀ ਪਰ ਸਰੀਰ, ਵਾਗੇ ਵਾਲਾ ਬਾਰਡਰ ਟੱਚ ਹੋ ਗਿਆ ਪੰਜਾਬੀ ਵੀਰੋ, ਤੇ ਜਦੋਂ ਬਾਰਡਰ ਟੱਚ ਹੁੰਦਾ
ਤੇ ਸਾਡੇ ਖੇਡ ਬੁਲਾਰੇ ਅਕਸਰ ਹੀ ਆਖ ਦਿੰਦੇ ਆ ਕਿ ਇੱਕੋ ਜਿਹਾ ਰੰਗ ਹੋ ਜਾਏ ਮੁੜ ਕੇ ਰੁਪਈਆਂ ਦਾ, ਦੇਣ ਹੋ ਜਾਏ ਸਾਡਾ ਤਾਤੀਆਂ ਤੇ ਕਈਆਂ ਦਾ, ਮੀਆਂ ਵਾਲੀ ਮੰਡੀ ਵਿੱਚ ਬੈਠ ਕੇ ਨਗੌਰ ਦਾ, ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ, ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ। ਮੈਂ 2002 ਦੇ ਵਿੱਚ ਪਾਕਿਸਤਾਨ ਦੀ ਧਰਤੀ ਦੇ ਉੱਤੇ ਖੇਡਾਂ ਦੇ ਬੋਲ ਬੋਲਣ ਦਾ ਮੌਕਾ ਮਿਲਿਆ, ਉੱਥੇ ਵੀ ਪੰਜਾਬੀ ਵੀਰੋ ਇਹ ਸ਼ੇਰ ਬੋਲਿਆ ਸੀ ਔਰ ਅੱਜ ਇਸ ਧਰਤੀ ਦੇ ਉੱਤੇ, ਤੇ ਮੈਨੂੰ ਬੜੀ ਖੁਸ਼ੀ ਹੈ, ਬੜਾ ਚਾਅ ਕਿ ਕੱਲ੍ਹ ਮੇਰੇ ਆਪਣੇ ਪਿੰਡ ਵਾੜਾ ਜੋਤ ਸਿੰਘ ਦੇ ਵਿੱਚ ਹੀ ਪਾਕਿਸਤਾਨ ਦੇ ਉੱਘੇ ਖੇਡ ਬੁਲਾਰੇ ਗਿਲਾਨੀ ਸਾਹਿਬ ਆਏ ਔਰ ਉਹਨਾਂ ਦੇ ਨਾਲ ਸਾਨੂੰ ਵੀ ਦੋ ਪਲ ਜਿਹੜੇ ਆ ਸਾਂਝੇ ਕਰਨ ਦਾ ਮੌਕਾ ਮਿਲਿਆ ਖੇਡ ਬੁਲਾਰੇ ਦੀ ਦੁਨੀਆ ਦੇ ਵਿੱਚੋਂ। ਗਿਲਾਨੀ ਸਾਹਿਬ ਕੱਲ੍ਹ ਉਹਨਾਂ ਦੇ ਨਾਲ ਗੱਲਾਂ ਬਣੀਆਂ, ਸੋ ਬੜਾ ਮਾਣ ਔਰ ਅੱਜ ਇਸ ਨਵਾਂ ਪਿੰਡ ਦੋਨੇਵਾਲ ਦੇ ਜਰਖੇਸ ਮਿੱਟੀ ਦੇ ਉੱਤੇ 100 ਰੁਪਈਆ ਜੋਗਨਪ੍ਰੀਤ ਵਾਸਤੇ ਸਾਡੇ ਸ਼ਹਿਰ ਦੇ ਪ੍ਰਧਾਨ ਸਰਦਾਰ ਦਲਬਾਗ ਸਿੰਘ ਜਹਾੜਾ ਸਾਹਿਬ ਵੱਲੋਂ, 100 ਰੁਪਈਆ ਸਰਦਾਰ ਹਾਂ ਜੀ ਅਰਜਨ ਸਿੰਘ ਜੀ ਪ੍ਰਜਾਪਤ ਨੌਜਵਾਨ ਰਾਜੂ ਦੇ ਵਾਸਤੇ 100 ਰੁਪਈਆ ਦਾ ਮਾਣ ਭੇਜਦੇ ਆ, ਬਹੁਤ ਬਹੁਤ ਧੰਨਵਾਦ ਜੀ ਪ੍ਰਜਾਪਤ। ਸਰਦਾਰ ਅਰਜਨ ਸਿੰਘ ਜੀ ਮੇਰੇ ਖੇਡ ਬੋਲਾਂ ਦਾ ਵੀ ਮਾਣ ਸਤਿਕਾਰ ਕਰਦੇ ਆ, ਬਹੁਤ ਬਹੁਤ ਧੰਨਵਾਦ। ਸੋ ਸਰਦਾਰ ਅਰਜਨ ਸਿੰਘ ਜੀ ਨੌਜਵਾਨ ਰਾਜੂ ਦੇ ਵਾਸਤੇ 100 ਰੁਪਈਏ ਦਾ ਮਾਣ। ਮੈਂ ਰਾਜੂ ਦੇ ਸਾਥੀਆਂ ਨੂੰ ਕਹਾਂਗਾ ਵੀ ਪੈਸੇ ਲਾਉਣ ਨਾ ਫੜੀ ਜਾਓ, ਆਹ ਤੁਸੀਂ ਫੜ ਲਓ ਰਾਜੂ ਦੇ ਪੈਸੇ। ਕਿਸੇ ਸਾਡੇ ਵੀਰ ਦੇ ਕੋਲ ਸਪਰੇ ਹੋਵੇ ਤੇ ਵੱਲ ਭੇਜ ਦੇਵੇ, ਕਿਸੇ ਸਾਡੇ ਵੀਰ ਦੇ ਕੋਲ ਸਪਰੇ ਹੋਵੇ ਤੇ ਉਹ ਇਸ ਖੇਡ ਮੈਦਾਨ ਦੇ ਵੱਲ ਭੇਜ ਦੇਵੇ। ਪੰਜਾਬੀ ਵੀਰੋ ਮੇਰੀ ਨਿਗਾਹ ਉੱਪਰਲੇ ਪਾਸੇ ਵੱਲ ਨੂੰ ਘੁੰਮਦੀ ਹੈ ਜਿੱਥੇ ਨੀਲੀ ਜੀ ਭਾ ਮਾਰਦਾ ਅਸਮਾਨ ਨਜ਼ਰ ਆ ਰਿਹਾ, ਕਦੀ ਨਿਗਾਹ ਥੱਲੇ ਵਾਲੇ ਪਾਸੇ ਆਉਂਦੀ ਹੈ ਤੇ ਮੈਨੂੰ ਸ਼ਹੀਦਾਂ ਦੀ ਧਰਤੀ ਨਜ਼ਰ ਆਉਂਦੀ ਹੈ ਔਰ ਇਸ ਧਰਤੀ ਦੇ ਉੱਤੇ ਬੁੱਕਦੇ ਇਹ ਪੰਜਾਬੀ ਮਾਵਾਂ ਦੇ ਗੱਭਰੂ ਪੁੱਤ ਜਿਹੜੇ ਆ, ਮੈਂ ਉਹਨਾਂ ਦੀ ਇਸ ਸੰਘਰਸ਼ ਨੂੰ ਤੱਕਦਾ ਤੇ ਇੱਧਰ ਵੇਖੋ ਸਾਹਮਣੇ ਕੜਾ ਸੰਘਰਸ਼ ਮੈਦਾਨ ਦੇ ਵਿੱਚ ਉੱਠ ਵੀ ਸੂਰਮਿਆਂ ਲੱਗ ਜੂ ਨਹੀਂ ਸੈਂ, ਬਹੁਤ ਹੀ ਸੋਹਣਾ ਅੰਕ ਇਸ ਗੱਭਰੂ ਦੇ ਹਿੱਸੇ ਦੇ ਵਿੱਚ। ਨੌਜਵਾਨ ਅੱਧਾ ਖੇਡ ਮੈਦਾਨ ਦੇ ਅੰਦਰਲੇ ਪਾਸੇ ਤੇ ਅੱਧਾ ਜਿਹੜਾ ਖੇਡ ਮੈਦਾਨ ਦੇ ਬਾਹਰਲੇ ਪਾਸੇ ਹੈ। ਸੋ ਮੇਰੇ ਵੀਰੋ ਇਹ ਹੱਦਾਂ ਬੰਨਿਆਂ ਦੀ ਗੱਲ ਹੁੰਦੀ ਹੈ, ਪੰਜਾਬ ਦੇ ਕਈ ਪਿੰਡ ਇਹੋ ਜਿਹੇ ਆ ਜਿਹੜੇ ਅੱਧੇ ਇੱਕ ਜ਼ਿਲ੍ਹੇ ਦੇ ਵਿੱਚ ਪੈਂਦੇ ਆ, ਅੱਧੇ ਜਿਹੜੇ ਆ ਇੱਕ ਜ਼ਿਲ੍ਹੇ ਦੇ ਵਿੱਚ ਪੈਂਦੇ ਆ। ਮੇਰਾ ਆਪਣਾ ਪਿੰਡ ਵਾੜਾ ਜੋਤ ਸਿੰਘ ਉਹ ਵੀ ਅੱਧਾ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਤੇ ਅੱਧਾ ਜਿਹੜਾ ਉਹ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪੈਂਦਾ। 100 ਰੁਪਏ ਇਸੇ ਤਰ੍ਹਾਂ ਹੀ ਸਰਦਾਰ ਬਲਕਾਰ ਸਿੰਘ ਜੀ ਜੋਬਨਪ੍ਰੀਤ ਵਾਸਤੇ ਭੇਜ ਰਿਹਾ, ਸੁਖਪ੍ਰੀਤ ਵਾਸਤੇ 100 ਰੁਪਈਆ ਸਰਦਾਰ ਬਲਕਾਰ ਸਿੰਘ ਜੀ, ਕਮਲਜੀਤ ਸਿੰਘ ਦੇ ਡੈਡੀ ਜਿਹੜੇ ਆਪਣੇ ਕਬੱਡੀ ਦੇ ਖਿਡਾਰੀ ਇਸ ਵੇਲੇ ਗੇਮਾਂ ਦੇ ਵਿੱਚ ਸਿਲੈਕਟ ਹੋਣ ਵਾਸਤੇ ਜਾ ਰਹੇ ਉਹਨਾਂ ਵੱਲੋਂ ਆਇਆ ਜੀ। ਨਵਾਂ ਪਿੰਡ ਦੋਨੇਵਾਲ ਦੀ ਟੀਮ ਵਾਸਤੇ 100 ਰੁਪਈਆ ਸਰਦਾਰ ਮੱਖਣ ਸਿੰਘ ਜੀ ਕਾਨੋਗੋ ਸਾਹਿਬ, ਨਵਾਂ ਪਿੰਡ ਦੋਨੇਵਾਲ ਦੀ ਟੀਮ ਵਾਸਤੇ ਜੀ ਮੇਲਾ ਸਿੰਘ ਮਹਿਸਤੀ ਹੋਣਾ ਵੱਲੋਂ 100 ਰੁਪਈਆ ਜੀ, 100 ਰੁਪਈਆ ਬਹਾਦਰ ਸਿੰਘ ਵੱਲੋਂ ਜੋਮਨਪ੍ਰੀਤ ਵਾਸਤੇ ਆਇਆ ਜੀ। ਗੇਮਾਂ ਤੋਂ ਬਾਅਦ ਮੈਚ ਤੋਂ ਬਾਅਦ ਆਪਣੇ ਪੈਸੇ ਸਟੇਜ ਤੋਂ ਕਲੈਕਟ ਕਰ ਲੈਣ ਜੀ। 100 ਰੁਪਈਆ ਜੋਬਨਪ੍ਰੀਤ ਵਾਸਤੇ ਕਰਮਜੀਤ ਸਿੰਘ ਵੱਲੋਂ ਜੋ ਕਿ ਅੱਜ ਕੱਲ੍ਹ ਆਪਣੇ ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਸੇਵਾ ਨਿਭਾ ਰਹੇ ਉਹਨਾਂ ਵੱਲੋਂ ਆਇਆ ਜੀ, ਬਹੁਤ ਬਹੁਤ ਧੰਨਵਾਦ ਜੀ। ਜੋਬਨਪ੍ਰੀਤ ਦਾ ਮਾਮਾ ਜੀ ਸਾਡੇ ਕੋਲ 500 ਰੁਪਈਆ ਉਹਨਾਂ ਵਾਸਤੇ ਭੇਜ ਗਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜੋਬਨਪ੍ਰੀਤ ਜੀ ਆਪਾਂ ਵੀ ਇਹ ਹੁਣ ਦ੍ਰਿੜ ਨਿਸ਼ਚਾ ਕਰੀਏ ਕਿ ਆਪਾਂ ਵੱਡਿਆਂ ਪਲੇਅਰਾਂ ਦੇ ਵਿੱਚ ਪਹੁੰਚ ਕੇ ਮਾਮਿਆਂ ਦਾ ਮਾਤਾ ਪਿਤਾ ਦਾ ਪਿੰਡ ਦਾ ਨਾਂ ਉੱਚਾ ਕਰਨ ਵਾਸਤੇ ਆਪਾਂ ਪੂਰਾ ਜ਼ੋਰ ਲਾਉਣਾ ਜੀ। ਬਹੁਤ ਹੀ ਸੋਹਣਾ ਚੱਲ ਸ਼ਾਨਦਾਰ ਸੰਘਰਸ਼ ਅੱਜ ਨਵਾਂ ਦੋਨੇਵਾਲ ਦੇ ਖੇਡ ਦੇ ਮੈਦਾਨ ਦੇ ਵਿੱਚ ਹੈ। ਤਹਿਸੀਲ ਸ਼ਾਹਕੋਟ ਦਾ ਪਿੰਡ ਬੜਾ ਮਸ਼ਹੂਰ ਹੈ ਪੰਜਾਬੀ ਵੀਰੋ, ਪਹਿਲਵਾਨਾਂ ਦੀ ਧਰਤੀ ਹੈ ਸ਼ਾਹਕੋਟ,
ਕਹਿੰਦੇ ਵੀ ਨਕੋਦਰ ਪ੍ਰਧਾਨਾਂ ਦੀ ਧਰਤੀ ਹੈ ਤੇ ਸ਼ਾਹਕੋਟ ਜਿਹੜੀ ਹੈ ਪਹਿਲਵਾਨਾਂ ਦੀ ਧਰਤੀ ਹੈ। ਔਰ ਜਿਹੜੇ ਨਗਰ ਦੇ ਵਿੱਚ ਆਪਾਂ ਅੱਜ ਇਕੱਠੇ ਹੋਏ ਹਾਂ ਇਹ ਢਾਡੀ ਰਾਜ ਦੇ ਬਾਦਸ਼ਾਹਾਂ ਦੀ ਧਰਤੀ ਹੈ। ਔਰ ਸਿਜਦਾ ਕਰਦੇ ਹਾਂ ਇਸ ਅਜੀਤ ਸਿੰਘ ਜੀ ਢਾਡੀ ਜੋ ਕਿ ਪਿਛਲੇ ਸਮੇਂ ਦੇ ਵਿੱਚ ਇਸ ਸੰਸਾਰ ਨੂੰ ਅਨਵਿਦਾ ਆ ਗਏ, ਸੋ ਉਹਨਾਂ ਦੀ ਯਾਦ ਆ ਰਹੀ ਹੈ। ਉਹਨਾਂ ਦੇ ਲਾਏ ਹੋਏ ਬੂਟੇ ਅੱਜ ਵੀ ਜਦੋਂ ਧਾਰਮਿਕ ਸਮਾਗਮਾਂ ਦੇ ਵਿੱਚ ਪਹੁੰਚੀਦਾ ਤੇ ਢਾਡੀ ਰਾਗ ਦੇ ਨਾਲ ਜੁੜੀਦਾ, ਉਹਨਾਂ ਦੇ ਲਾਏ ਹੋਏ ਬੂਟੇ ਨੂੰ ਸੁਣਨ ਦੀ ਗੱਲ ਹੁੰਦੀ ਹੈ। ਸੋ ਆਓ ਸਾਹਮਣੇ ਬਹੁਤ ਹੀ ਸੋਹਣਾ ਅੰਕ ਆਪਣੇ ਖਾਤੇ ਦੇ ਵਿੱਚ ਜੋੜਦਾ ਹੈ ਵਾਪਸ ਜਾਂਦਾ ਹੋਇਆ। ਜੋਬਨ ਪੀ ਵਾਸਤੇ 100 ਰੁਪਈਆ ਬਹਾਦਰ ਸਿੰਘ ਜੀ ਦਾਰੇਵਾਲ ਤੋਂ ਦੇਖ ਗਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਥੋੜਾ ਜਿਹਾ ਚ ਕਨਫਿਊਜ਼ਨ ਹੋ ਗਿਆ, ਮੈਂ ਇੱਧਰ ਗੱਲਾਂ ਕਰ ਰਿਹਾ ਸੀ, ਮੈਨੂੰ ਇਹ ਪਤਾ ਨਹੀਂ ਲੱਗਾ ਦਾਰੇਵਾਲ ਤੋਂ ਜਾਂ ਬੂੜੇਵਾਲ ਤੋਂ ਕਿਹਾ ਸੀਗਾ, ਉਹਦੇ ਵਾਸਤੇ ਮੈਂ ਗੁਸਤਾਖੀ ਮਾਫੀ ਚਾਹੁੰਦਾ ਜੀ। ਇਸ ਸਮੇਂ ਨੌਜਵਾਨ ਨਾਲ ਨਾਂ ਰੱਖਿਆ ਵੀ ਇਹ ਮੇਰਾ ਜੋਬਨ ਹੈ, ਵੱਡਾ ਹੋ ਕੇ ਕਬੱਡੀ ਖੇਡੇਗਾ। ਔਰ ਉਧਰ ਸਾਹਮਣੇ ਉਂਗਲ ਖਲੋਤੀ ਹੈ, ਠੇਕੇਦਾਰ ਸਾਹਿਬ ਦੱਸਦੇ ਆ ਵੀ ਅੰਕ ਇਸ ਨੌਜਵਾਨ ਦੇ ਖਾਤੇ ਦੇ ਵਿੱਚ ਹੈ। ਸਰਦਾਰ ਸੰਤੋਖ ਸਿੰਘ ਜੀ ਜੇਈ ਸਾਹਿਬ ਸਮੇਂ ਦੀਆਂ ਵਾਗਾਂ ਸਾਂਭੀਆਂ ਹੋਈਆਂ ਨੇ, ਸਮੇਂ ਦਾ ਕੰਟਰੋਲ ਕਰਦੇ ਆ। ਤੇ ਇੱਧਰ ਸਾਡੇ ਪੈਰੀ ਵੀਰ ਸੁਖਿੰਦਰ ਜੀ ਹੁਣੀ ਦੇਖਾਂਗੇ ਕਿਹੋ ਜਿਹੀ ਬਾਤ ਪਾਉਂਦੇ ਅਗਲੀ ਗੱਲ। ਔਰ ਇੱਧਰ ਸਾਹਮਣੇ ਵਾਹ ਬਹੁਤ ਸੋਹਣਾ ਮੁਕਾਬਲਾ ਲੈ ਲੱਗੂ ਪਤਾ ਮੈਦਾਨ ਚ ਬਾਪੂ ਦੀ ਹਵੇਲੀ ਵਿੱਚ 7 ਮੱਝਾਂ ਬੋਰੀਆਂ ਤੇ ਦੁੱਧ ਚ ਮੈਦਾਨੇ ਅੰਮੀ ਦਏ ਕੁੱਟ ਚੂੜੀਆਂ, ਦੁੱਧ ਚ ਮੈਦਾਨੇ ਅੰਮੀ ਦਏ ਕੁੱਟ ਚੂੜੀਆਂ। ਸੋ ਅੱਜ ਪਤਾ ਲੱਗਣਾ ਇਸ ਮੈਦਾਨ ਚ ਕਿਹੜੇ ਨੌਜਵਾਨ ਨੇ ਕਿੱਦਾਂ ਦੀ ਖੁਰਾਕ ਖਾਧੀ ਹੈ ਪੰਜਾਬੀ ਵੀਰੋ, ਅੱਜ ਇਹਦਾ ਖੇਡ ਮੈਦਾਨਾਂ ਦੇ ਵਿੱਚ ਪਤਾ ਲੱਗੇਗਾ। ਅੱਜ ਦੀ ਤਰੀਕ ਨਵਾਂ ਪਿੰਡ ਦੋਨੇਵਾਲ ਦੇ ਖੇਡ ਮੈਦਾਨ ਚ, ਕੱਲ ਦੀ ਤਰੀਕ ਪੰਜਾਬ ਦੇ ਕਿਸੇ ਹੋਰ ਖੇਡ ਦੇ ਮੈਦਾਨ ਦੇ ਵਿੱਚ, ਜਦੋਂ ਪਰਸੋਂ ਦਾ ਦਿਨ ਚੜ੍ਹਨਾ ਤੇ ਫਿਰ ਪੰਜਾਬ ਦੇ ਕਿਸੇ ਹੋਰ ਖੇਡ ਦੇ ਮੈਦਾਨ ਦੇ ਵਿੱਚ ਹੀ ਇਹਨਾਂ ਮਾਵਾਂ ਦੇ ਬਣੇ ਪੁੱਤਾਂ ਦੀਆਂ ਖਾਧੀਆਂ ਹੋਈਆਂ ਖੁਰਾਕਾਂ ਜਿਹੜੀਆਂ ਉਹਨਾਂ ਦਾ ਪਤਾ ਲੱਗੇਗਾ। ਕੁਝ ਅਖਬਾਰਾਂ ਗੱਲਾਂ ਕਰਨਗੀਆਂ, ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਨਗੇ ਤੇ ਕੁਝ ਮੀਡੀਆ ਕੁੰਡ ਚਰਚਾ ਹੋਵੇਗੀ। ਹੈਲੋ ਹੈਲੋ ਸਾਊਂਡ ਕੱਟ ਮਾਰ ਰਿਹਾ ਵੀ, ਪਲੀਜ਼ ਧਿਆਨ ਦਿੱਤਾ ਜਾਵੇ ਸਾਊਂਡ ਕੱਟ ਮਾਰ ਰਿਹਾ। 100 ਰੁਪਈਆ ਸੁਖੇਵਾਦ ਦੇ ਸੁਖਚੈਨ ਸਿੰਘ ਜੀ ਭੇਜ ਰਹੇ ਆ, 100 ਰੁਪਈਆ ਸਰਦਾਰ ਪਰਮਜੀਤ ਸਿੰਘ ਜੀ ਲੰਬੜਦਾਰ ਜੀ, 100 ਰੁਪਈਆ ਸਰਜੀਤ ਸਿੰਘ ਜੀ ਚੰਦੀ ਸਾਹਿਬ, 100 ਰੁਪਈਆ ਲਛਮਣ ਸਿੰਘ ਜੀ ਭੇਜ ਰਿਹਾ, 100 ਰੁਪਈਆ ਸਰਦਾਰ ਲਾਲ ਸਿੰਘ ਜੀ ਸ਼ਾਮ ਵਾਲੇ, 100 ਰੁਪਈਆ ਸਰਦਾਰ ਲਾਲ ਸਿੰਘ ਜੀ ਸ਼ਾਮ ਵਾਲੇ ਜੋਬਨਪ੍ਰੀਤ ਵਾਸਤੇ ਵੀ ਭੇਜ ਰਿਹਾ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਹਣਾ ਮੁਕਾਬਲਾ, ਆਓ ਮੈਚ ਜਾ ਚੁੱਕਾ ਹੈ, ਅੱਧਾ ਮੈਚ ਜਿਹੜਾ ਬਾਕੀ ਰਹਿੰਦਾ ਹਲੇ ਖੇਡਣਾ ਉਹ ਮੈਚ। ਆਪਾਂ ਪਹਿਲਾਂ ਮੈਚ ਦਾ ਲੇਖਾ ਜੋਖਾ ਕਰ ਲਈਏ ਵੀ ਇਹਦੀ ਤਸਵੀਰ ਹੈ ਕੀ ਆ, ਤੇ ਜਦੋਂ ਆਪਾਂ ਅਗਲਾ ਅੱਧਾ ਮੈਚ ਖੇਡਾਂਗੇ ਨਾ ਉਹ ਤਸਵੀਰ ਆਪਾਂ ਲਾਸਟ ਦੇ ਵਿੱਚ ਦੇਖਾਂਗੇ। ਸੋ ਆਓ ਮੈਂ ਇਸ ਅੱਧੇ ਖੇਡੇ ਹੋਏ ਮੈਚ ਦੀ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਮੈਰੀਪੁਰ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਸੂਚਨਾ ਦਿੱਤੀ ਜਾਂਦੀ, ਜਿਹੜੇ ਵੀ ਦਰਸ਼ਕ ਵੀਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਕ ਸਾਹਮਣੇ ਪੌੜੀਆਂ ਖਾਲੀ ਰੱਖਣ, ਦੂਸਰੀ ਸਾਈਡ ਤੇ ਆਣ ਕੇ ਬੈਠਣ, ਬੀਬੀਆਂ ਵਾਸਤੇ ਪੌੜੀਆਂ ਰਿਜ਼ਰਵ ਆ, ਇੱਕ ਜਿਹੜੇ ਆਪਣੇ ਆ ਬਣਾਈ ਹੋਈ ਆ ਖੇਡ ਦੇ ਮੈਦਾਨ ਦੇ ਪਾਸੇ ਚਾਰ ਦੀਵਾਰੀ, ਇਹਦੇ ਨਾਲ ਨਾ ਖੜੇ ਹੋਣ ਤਾਂ ਕਿ ਪਿਛਲੇ ਜਿਹੜੇ ਬੈਠੇ ਦਰਸ਼ਕ ਵੀਰ ਉਹਨਾਂ ਨੂੰ ਵੀ ਦਿਸੇ, ਕਿਰਪਾ ਕਰਕੇ ਪੌੜੀਆਂ ਤੇ ਜਾ ਕੇ ਵੇਖਣ ਜੀ। ਸੁਖਵਿੰਦਰ ਸਿੰਘ ਸੁੱਖ ਵੱਲੋਂ ਕਿਉਂਕਿ ਕਬੱਡੀ ਦਾ ਇਸ ਵੇਲੇ ਅਰੇਂਜਮੈਂਟ ਇਹਨਾਂ ਦੇ ਕੋਲ ਆ, ਇਹਨਾਂ ਵੱਲੋਂ ਬੇਨਤੀ ਆ ਨਾਮੀ ਕੋਚ ਇੰਦਰ ਕੋਚ ਇਹਨਾਂ ਨੂੰ ਆ ਕੇ ਮਿਲਣ ਜੀ। ਆਪਣੇ ਕੋਲ ਰੈਫਰੀ ਸਾਹਿਬਾਨ ਸਰਦਾਰ ਤਰਸੇਮ ਸਿੰਘ ਜੀ ਠੇਕੇਦਾਰ ਤੇ ਸੁਖਵਿੰਦਰ ਸਿੰਘ ਜੀ, ਤੇ ਜਿਹੜੀ ਟਾਈਮ ਦੀ ਪੂਰੀ ਪਾਬੰਦੀ ਆ, ਜਿਹੜਾ ਆਪਣੇ ਕੋਲ ਹੋਟਲ ਵੱਜਦਾ ਹੈ ਨਾ ਇਹ ਸੰਤੋਖ ਸਿੰਘ ਜੀ ਜੇਈ ਸਾਹਿਬ ਇਹਨਾਂ ਦੇ ਕੰਟਰੋਲ 'ਚ ਆ, ਤਾਂ ਕਿ ਜਿੰਨੇ ਵੀ ਖਿਡਾਰੀ ਆ ਇਹਨਾਂ ਨੂੰ ਕੋਈ ਡਾਊਟ ਨਾ ਹੋਵੇ ਕਿ ਅਸੀਂ ਟਾਈਮ ਤੋਂ ਜਾਂ ਸਾਡੇ ਨਾਲ ਕੋਈ ਵਧੀਕੀ ਦਾ ਅੰਕ ਲਿਆ ਗਿਆ। ਸਾਰੇ ਖਿਡਾਰੀਆਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਊਗਾ ਤਾਂ ਕਿ ਖੇਡ ਦੇ ਮੈਦਾਨ ਵਿੱਚ ਵਧੀਆ ਦਰਸ਼ਕ ਤੌਰ 'ਤੇ ਇਹ ਦਰਸ਼ਕਾਂ ਨੂੰ ਦੇਖਣ ਵਾਸਤੇ ਵਧੀਆ ਤੌਰ 'ਤੇ ਖੇਡ ਦਿਖਾਉਣ ਜੀ।
ਪਹਿਲੇ ਲਾਲ ਦੀ ਨਾਲ ਆਪਣੇ ਕੋਲ ਅਗਰਾਈ ਵੀ ਪਹੁੰਚ ਰਹੀ ਆ ਇਹਨਾਂ ਨੂੰ ਹੌਸਲਾ ਅਫਸਾਈ ਵਾਸਤੇ ਬਲਵੰਤ ਸਿੰਘ ਜੀ ਹਾਂਡਾ ਸਾਹਿਬ ਪਿੰਡ ਦੀਪੇਵਾਲ 1100 ਰੁਪਈਆ ਮਲਕੀਤ ਸਿੰਘ ਜੀ ਮਹਿਮੂਵਾਲ ਤੋਂ 100 ਰੁਪਈਆ ਲੈਂਬਰ ਸਿੰਘ ਜੀ ਮਹਿਮੂਵਾਲ ਤੋਂ 100 ਰੁਪਈਆ ਗੁਰਜੀਤ ਸਿੰਘ ਜੀ ਦਰੀਆਲ ਤੋਂ 500 ਰੁਪਈਆ ਸਰਦਾਰ ਚੰਨਣ ਸਿੰਘ ਜੀ ਚਾਨਣ ਸਿੰਘ ਕੈਨੇਡਾ ਵਾਲੇ ਦੇ ਪੋਤਰੇ ਸਾਹਿਬ ਮੇਜਰ ਸਿੰਘ ਤੇ ਜਰਮਨ ਵਾਲੇ ਸੁਖਜਿੰਦਰ ਸਿੰਘ ਇੰਗਲੈਂਡ ਤੋਂ 3100 ਰੁਪਇਆ ਭੇਜ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਸੂਰਤ ਸਿੰਘ ਜਿਹੜੇ ਕਿ ਅੱਜ ਕੱਲ ਬਠਿੰਡਾ ਦੇ ਵਿੱਚ ਰਿਹਾਇਸ਼ ਆ ਇਹਨਾਂ ਦੀ ਹੁਣ ਇਹਨਾਂ ਦੇ ਕੋਲ ਵਾਟਰ ਸਪਲਾਈ ਦਾ ਐਕਸ਼ਨ ਦਾ ਮਹਿਕਮਾ ਇਹ ਬਤੌਰ ਐਕਸ਼ਨ ਦੇ ਆਪਣੇ ਕੋਲ ਫੇਰ ਵੀ ਆਪਣੇ ਕੋਲ ਨਗਰ ਦੇ ਵਿੱਚ ਆ ਕੇ ਖਿਡਾਰੀਆਂ ਦੇ ਹੌਸਲਾ ਅਫਸਾਈ ਵੀ ਕਰਦੇ ਆ ਤੇ ਛਿੰਝ ਦੇ ਵਿੱਚ ਬਹੁਤ ਬਹੁਤ ਹਿੱਸਾ ਵੀ ਪਾ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਆਓ ਆਪਾਂ ਬਕਾਇਆ ਰਹਿੰਦੇ ਇਸ ਮੈਚ ਦੇ ਨਾਲ ਇੱਕ ਵਾਰ ਦੁਬਾਰਾ ਫਿਰ ਸਾਂਝ ਪਾ ਲਈਏ ਪੰਜਾਬੀ ਵੀਰੋ ਇੱਕ ਵਾਰੀ ਨਿਗਾਹ ਇਸ 65 ਫੁੱਟ ਦੇ ਦਾਇਰੇ ਦੇ ਵੱਲ ਘਮਾਓ ਜਿੱਥੇ ਪੰਜਾਬ ਦੀ ਜਵਾਨੀ ਦੇ ਇਹ ਨੌਜਵਾਨ ਗੱਭਰੂ ਇਸ ਸਮੇਂ ਬਹਿਜਾ ਬਹਿਜਾ ਕਰਵਾ ਰਹੇ ਆ ਇਹ ਜਿਹੜੇ ਸਰੀਰ ਇਸ ਵੇਲੇ ਤੁਸੀਂ ਤੱਕ ਰਹੇ ਹੋ ਇਹਨਾਂ ਜਵਾਨਾਂ ਦੇ ਇਹਨਾਂ ਸਰੀਰਾਂ ਦੇ ਵਿੱਚ ਲੱਖਾਂ ਰੁਪਈਏ ਇਹ ਢਿੱਡਾਂ ਦੇ ਵਿੱਚ ਪਾਏ ਹੋਏ ਆ ਰੋਜ਼ਾਨਾ ਉੱਠ ਕੇ ਰਿਆਜ਼ ਕਰਨਾ ਪੈਂਦਾ ਤੇ ਫੇਰ ਕਿਤੇ ਜਾ ਕੇ ਮਾਣ ਮਿਲਦਾ ਫੇਰ ਕਿਤੇ ਜਾ ਕੇ ਕੋਈ ਕਬੱਡੀ ਦੀ ਕੁਲਵਿੰਦਰ ਕੌਰ ਬਣਦੀ ਹੈ ਤੇ ਫੇਰ ਕਿਤੇ ਜਾ ਕੇ ਇਹ ਕਬੱਡੀ ਦੇ ਹੀਰੇ ਜਿਹੜੇ ਆ ਕਮਲ ਵਰਗੇ ਖਿਡਾਰੀ ਜਿਹੜੇ ਆ ਪੈਦਾ ਹੁੰਦੇ ਆ ਸੋ ਇਹ ਲੰਬਾ ਸਮਾਂ ਸੰਘਰਸ਼ ਕਰਨਾ ਪੈਂਦਾ ਆਓ ਸਾਹਮਣੇ ਇਹ ਕਬੱਡੀ ਪਾਉਂਦਾ ਹੋਇਆ ਨੌਜਵਾਨ ਹੈ ਸ਼ਾਬਾਸ਼ੀ ਬਹੁਤ ਸੋਹਣਾ ਹਲਕਾ ਜਿਹਾ ਟੱਚ ਸਮੇਂ ਦਾ ਫੈਸਲਾ ਸੰਘਰਸ਼ਾਂ ਦੇ ਫੈਸਲੇ ਖਾਧੀਆਂ ਖੁਰਾਕਾਂ ਦੇ ਫੈਸਲੇ ਚੁੰਗੀਆਂ ਬੋਰੀਆਂ ਦੇ ਫੈਸਲੇ ਅੱਜ ਇਸ ਖੇਡ ਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਅਗਲੀ ਕਬੱਡੀ ਪਾਉਂਦਾ ਹੋਇਆ ਇਹ ਨੌਜਵਾਨ ਭਰਮਾ ਸਰੀਰ ਹੈ ਔਰ ਸਾਹਮਣੇ ਬਹੁਤ ਹੀ ਸੋਹਣਾ ਕਹਿੰਦੇ ਵੀ ਬਗਲ ਭਰੀ ਹੋਈ ਹੈ ਗੱਭਰੂ ਕਹਿੰਦਾ ਵੀ ਤੇਰਾ ਹੀ ਆ 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 ਬੰਦਾ ਤੇ ਪੰਜਾਬੀ ਵੀਰੋ ਇਸ ਦੁਨੀਆਂ ਦੇ ਉੱਤੇ ਮੇਰੀ ਮੇਰੀ ਕਰਦਾ ਫਿਰਦਾ ਤੇਰਾ ਤੇਰਾ ਕਹਿਣਾ ਬਹੁਤ ਸੌਖਾ ਪਰ ਕਰਨਾ ਬੜਾ ਔਖਾ ਅਮਲ ਨਹੀਂ ਕਰਦੇ ਆਪਾਂ ਬੰਦਾ ਮੇਰੀ ਮੇਰੀ ਕਰਦਾ ਫਿਰਦਾ ਕਿ ਇਸ ਦੁਨੀਆਂ ਦੇ ਉੱਤੇ ਮੈਂ ਰਾਤੋ ਰਾਤ ਅਮੀਰ ਹੋ ਜਾ ਸੋ ਮੇਰੇ ਵੀਰੋ ਇਹਨਾਂ ਖਿਡਾਰੀਆਂ ਨੂੰ ਜਿੱਦਾਂ ਪਹਿਲਾਂ ਹੀ ਪਤਾ ਲੱਗ ਗਿਆ ਹੁੰਦਾ ਕਿ ਸੱਚੇ ਪਾਤਸ਼ਾਹ ਸਾਰਾ ਕੁਛ ਤੇਰਾ ਹੀ ਆ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਕਾਹਤੋਂ ਕਰੇ ਮੇਰੀ ਮੇਰੀ ਇਹ ਜ਼ਿੰਦਗੀ ਨਾ ਤੇਰੀ ਗੱਲ ਸੱਚੀ ਦਾ ਝੂਠ ਨਹੀਂ ਜਾਣੀ ਦਾ ਤੂੰ ਤੇ ਬੰਦਿਆ ਬੁਲਬੁਲਾ ਪਾਣੀ ਦਾ ਤੂੰ ਤੇ ਬੰਦਿਆ ਬੁਲਬੁਲਾ ਪਾਣੀ ਦਾ ਸੋ ਮੇਰੇ ਵੀਰੋ ਇਹ ਮੇਰੀ ਮੇਰੀ ਦਾ ਸਫ਼ਰ ਉਦੋਂ ਹੀ ਮੁੱਕਣਾ ਹੈ ਜਦੋਂ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਸੋ ਇਹਨਾਂ ਗੱਭਰੂ ਨੂੰ ਜਿੱਦਾਂ ਪਹਿਲਾਂ ਹੀ ਪਤਾ ਲੱਗ ਗਿਆ ਹੁੰਦਾ ਵੀ ਸੱਚੇ ਪਾਤਸ਼ਾਹ ਤੇਰਾ ਹੀ ਆ ਸਾਰਾ ਕੁਛ ਦੇ ਰਹੀ ਹੈ ਆਓ ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ ਪਾਉਂਦਾ ਹੋਇਆ ਇਹ ਨੌਜਵਾਨ ਹੈ ਵਾਹ ਨਹਿਰੀ ਸੈਨ ਵਾਦ ਅੱਗੇ ਸੂਰਮਿਆਂ ਔਰ ਸਾਹਮਣੇ ਦੂਰੋਂ ਭੱਜ ਕੇ ਸਿੱਖ ਸਰਦਾਰ ਧਾਵੀ ਜਵਾਨਾਂ ਪਾ ਕਰੜੇ ਹੱਥ ਬਗਲਾ ਭਰੀਆਂ ਵਾਹ ਮੁਕਾਬਲਾ ਸ਼ੁਰੂ ਹੋਇਆ ਪਿਆ ਪਰ ਸਮੇਂ ਨੇ ਫੈਸਲਾ ਦਿੱਤਾ ਹੈ ਸੰਘਰਸ਼ ਨੇ ਫੈਸਲਾ ਦਿੱਤਾ ਹੈ ਪੁਆਇੰਟ ਇਸ ਖਿਡਾਰੀ ਦੇ ਖਾਤੇ ਦੇ ਵਿੱਚ ਹੈ ਆਪਣੇ ਕੋਲ 100 ਰੁਪਈਆ ਸੁਖੇ ਵਾਸਤੇ ਸਰਦਾਰ ਜਗਿੰਦਰ ਸਿੰਘ ਜੀ ਠੇਕੇ ਵਾਲਾ ਉਹਨਾਂ ਕੋਲ ਪਹੁੰਚਿਆ ਕਿਰਪਾ ਕਰਕੇ ਮੈਚ ਤੋਂ ਬਾਅਦ ਸਟੇਜ ਤੋਂ ਪ੍ਰਾਪਤ ਕਰਨ ਜੀ ਪੰਚਾਇਤ ਵੱਲੋਂ ਦੁਬਾਰਾ ਫਿਰ ਸੂਚਿਤ ਕੀਤਾ ਜਾਂਦਾ ਕਿ ਸਾਹਮਣੇ ਜਿੰਨੇ ਵੀ ਦਰਸ਼ਕ ਵੀਰ ਮੈਦਾਨ ਦੇ ਵਿੱਚ ਆ ਕੇ ਖੇਡ ਦੇਖ ਰਿਹਾ ਕਿਰਪਾ ਕਰਕੇ ਪਿੱਛੇ ਪੌੜੀਆਂ ਤੇ ਬੈਠ ਕੇ ਦੇਖੋ ਜੀ ਕਿਉਂਕਿ ਇਹਨਾਂ ਨੇ ਕਿਹਾ ਕਿ ਆਪਾਂ ਨਗਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਸਾਰਾ ਕੁਝ ਕਰਾਉਣਾ ਨਹੀਂ ਤੇ ਆਪਣੇ ਕੋਲ ਪੁਲਿਸ ਮਹਿਕਮੇ ਦੇ ਮੁਲਾਜ਼ਮ ਵੀ ਪਹੁੰਚੇ ਹੋਏ ਆ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੋਈ ਪਿੰਡ ਦੇ ਨਗਰ ਦੇ ਜਾਂ ਬਾਹਰਲੇ ਸੱਜਣਾਂ ਨੂੰ ਇਸ ਦੇ ਵਾਸਤੇ ਕਿਹਾ ਜਾਵੇ ਆਪ ਹੀ ਕਿਰਪਾ ਕਰਕੇ ਪਿੱਛੇ ਪੌੜੀਆਂ ਤੇ ਬੈਠ ਕੇ ਮੈਚ ਦਾ ਆਨੰਦ ਮਾਣੋ ਜੀ ਆਓ ਸਾਹਮਣੇ ਦੁਬਾਰਾ ਫਿਰ ਅਗਲੀ ਕਬੱਡੀ ਨਵਾਂ ਪਿੰਡ ਦੋਨੇਵਾਲ ਦੀ ਧਰਤੀ ਦਾ ਇਹ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਸ਼ਾਬਾਸ਼ ਬਹੁਤ ਸੋਹਣਾ ਮੁੱਠੀ ਭਰ ਸਰੀਰ ਔਰ ਸਾਹਮਣੇ ਥੋੜੇ ਜਿਹੇ ਨੌਜਵਾਨ ਦੇ ਪੈਰ ਫਿਸਲੇ ਸੀ ਹੱਥ ਕਰੜੇ ਪਾਏ ਹੋਏ ਔਰ ਕਹਿੰਦੇ ਵੀ ਪੂਰਾ ਕਲੈਰੀ ਮੋਹਰ ਬਣਿਆ ਹੋਇਆ ਨੌਜਵਾਨ
ਪਰ ਪੁਆਇੰਟ ਇਸ ਖਿਡਾਰੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਆਓ ਸਾਹਮਣੇ ਅਗਲੀ ਕਬੱਡੀ ਦੇ ਵਾਸਤੇ ਇਹ ਮੈਰੀਪੁਰੀਆ ਸ਼ੇਰ ਕਬੱਡੀ ਪਾਉਂਦਾ ਹੋਇਆ। ਅਗਲੇ ਪਾਸੇ ਚਾਰ ਬੱਬਰ ਸ਼ੇਰ ਖਲੋਤੇ ਆ। ਇੱਕ ਗੱਲ ਤਾਂ ਪੰਜਾਬੀ ਵੀਰੋ ਇਹ ਮੰਨੀ ਹੋਈ ਹੈ ਕਿ ਸ਼ੇਰਾਂ ਦੇ ਨਾਲ ਟੱਕਰ ਜੇ ਲੈਣੀ ਹੋਵੇ ਤਾਂ ਸ਼ੇਰ ਹੀ ਲੈ ਸਕਦੇ ਆ। ਬੱਬਰ ਸ਼ੇਰਾਂ ਦੇ ਨਾਲ ਜੇ ਮੁਕਾਬਲਾ ਕਰਨਾ ਹੋਵੇ ਉਹ ਬੱਬਰ ਸ਼ੇਰ ਹੀ ਟੱਕਰ ਲੈ ਸਕਦੇ ਆ, ਤੇ ਜੇ ਚੀਤੇ ਦੇ ਨਾਲ ਕਿਸੇ ਨੇ ਭੱਜਣਾ ਹੋਵੇ ਤੇ ਉਹ ਚੀਤਾ ਹੀ ਭੱਜ ਸਕਦਾ। 65 ਕਿਲੋਮੀਟਰ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹੈ ਚੀਤੇ ਦੀ, ਪਰ ਇਹ ਭੱਜਦਾ ਉਦੋਂ ਹੀ ਇੰਨਾ ਜਦੋਂ ਇਹ ਆਪਣਾ ਸ਼ਿਕਾਰ ਕੱਢ ਲੈਂਦਾ। ਵੈਸੇ ਆਮ ਹਾਲਾਤਾਂ ਦੇ ਵਿੱਚ ਇਹਦੀ ਇੰਨੀ ਦੌੜ ਨਹੀਂ ਹੈਗੀ। ਆਓ ਸਾਹਮਣੇ ਕਬੱਡੀ ਦਾ ਸ਼ੇਰ, ਕਬੱਡੀ ਦਾ ਬੱਬਰ ਸ਼ੇਰ, ਆ ਨਿਗਾਹ ਮਾਰੋ ਚਿਹਰੇ ਦੇ ਉੱਤੇ, ਰੰਗ ਲਾਲ ਸੁਰਖ ਹੋ ਗਿਆ, ਖਾਧੀ ਖੁਰਾਕ ਜਿਹੜੀ ਹੈ ਦੋਨਾਂ ਨੌਜਵਾਨਾਂ ਦੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਚਮਕ ਪਈ ਹੈ। ਸੋ ਬਹੁਤ ਹੀ ਸੋਹਣਾ ਸਰੀਰ ਹੈ, ਔਰ ਇਹ ਮੁਬਾਰਕਬਾਦ ਉਹਨਾਂ ਮਾਵਾਂ ਦੇ ਵਾਸਤੇ ਹੈ ਜਿਹੜੀਆਂ ਤੜਕੇ 4 ਵਜੇ ਉੱਠਦੀਆਂ, ਦ੍ਰਿੜਕੇ ਪਿਆਉਂਦੀਆਂ, ਚੂੜੀਆਂ ਖਵਾਉਂਦੀਆਂ, ਨਾਲ ਆਸ਼ੀਰਵਾਦ ਦਿੰਦੀਆਂ, ਤੋਰਦੀਆਂ ਖੇਡ ਦੇ ਮੈਦਾਨ ਦੇ ਵੱਲੋਂ। ਐਵੇਂ ਨਹੀਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਆਖਿਆ ਸੀ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ, ਦੂਜਾ ਮਾਂ ਹੈ ਰੱਬ ਦਾ ਨਾਂ ਉਹ ਦੁਨੀਆਂ ਵਾਲਿਓ, ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਅਫਸੋਸ ਬੁਲੰਦ ਆਵਾਜ਼ ਅੱਜ ਇਸ ਦੁਨੀਆਂ ਤੋਂ ਸਾਨੂੰ ਅਲਵਿਦਾ ਗਈ ਹੈ। ਸੋ ਉਹਨਾਂ ਦੇ ਜੋ ਗਾਏ ਹੋਏ ਗੀਤ ਇਸੇ ਤਰ੍ਹਾਂ ਘਰਾਂ ਦੇ ਵਿੱਚ ਆਪਾਂ ਸੁਣਦੇ ਰਹਾਂਗੇ। ਆਓ ਅਗਲੀ ਕਬੱਡੀ। ਵਾਹ, ਜਸਵਿੰਦਰ ਸਿੰਘ ਜੀ ਇਟਲੀ ਤੋਂ, ਪਿੰਡ ਫੁੱਲ ਚੰਨਣ ਸਿੰਘ ਦਾ ਪੋਤਰਾ, ਇਹਨਾਂ ਨੇ ਆਪਣੇ ਸਟੇਜ ਦੇ ਪਿਛਲੇ ਪਾਸੇ ਇੱਕ ਪਾਸੇ ਇਹਨਾਂ ਨੇ ਜਲੇਬੀ ਦਾ ਲੰਗਰ ਲਾਇਆ ਹੋਇਆ। ਸਾਰੇ ਦਰਸ਼ਕ ਵੀਰ ਖਿਡਾਰੀ ਗਰਮ ਗਰਮ ਜਲੇਬੀਆਂ ਖਾਓ ਅਤੇ ਆਨੰਦ ਮਾਣੋ ਜੀ, ਨਾਲੇ ਮੈਚ ਵਧੀਆ ਦੇਖੋ ਨਾਲ ਹੀ ਗਰਮ ਗਰਮ ਜਲੇਬੀਆਂ ਖਾਓ ਜੀ। ਦੇਖੋ ਟਾਈਮ ਦੇ ਕਿੰਨੇ ਪਵਾਉਂਦਾ, ਜਦੋਂ ਖਿਡਾਰੀ ਨਿਕਲਦਾ ਨਾਲ ਹੀ ਸੰਤੋਖ ਸਿੰਘ ਜੇਈ ਸਾਹਿਬ ਨਾਲ ਹੀ ਹੋਟਲ ਵਜਾ ਦਿੰਦੇ, ਕਹਿੰਦੇ ਵੀ ਖਿਡਾਰੀ ਨੂੰ ਪਤਾ ਲੱਗ ਜਾਵੇ ਵੀ ਵਾਕਿਆ ਟਾਈਮ 'ਤੇ ਮੁੜਨਾ। ਨੰਗੇ ਪਿੰਡੇ ਚੜੀ ਜਵਾਨੀ ਇਹ ਦੁਨੀਆਂ ਸਾਰੀ ਮੰਨੇ, ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਆ। ਮੈਂ ਨਹੀਂ ਕਹਿੰਦਾ, ਆ ਸਾਹਮਣੇ ਦੋਨੋਂ ਖਿਡਾਰੀ ਆਖ ਰਿਹਾ, ਪਿਛਲੇ ਪਾਸੇ 3 ਖਲੋਤੇ ਖਿਡਾਰੀ ਵੀ ਇਹੀ ਆਖ ਰਿਹਾ ਵੀ ਹੱਟ ਕਬੱਡੀ ਬੰਨੇ ਆ, ਵੀ ਹੱਟ ਕਬੱਡੀ ਬੰਨੇ ਆ। ਦਰਸ਼ਕ ਵੀ ਆਖ ਰਿਹਾ, ਕੈਮਰਾ ਕਬੱਡੀਆਂ ਪਾ ਰਿਹਾ, ਮਾਈਕ ਦੇ ਉੱਤੇ ਪੰਜਾਬੀ ਮਾਂ ਬੋਲੀ ਦੇ ਸ਼ਬਦਾਂ ਦੀਆਂ ਕਬੱਡੀਆਂ ਮੈਂ ਪਾ ਰਿਹਾ। ਉੱਧਰ ਸਰਦਾਰ ਸੰਤੋਖ ਸਿੰਘ ਜੀ ਬੱਗਾ ਉਹ ਮੁੱਖ ਸਟੇਜ ਤੋਂ ਪੰਜਾਬੀ ਮਾਂ ਬੋਲੀ ਦੇ ਸ਼ਬਦਾਂ ਦੀਆਂ ਕਬੱਡੀਆਂ ਪਾ ਰਿਹਾ, ਔਰ ਵਿਸਲਾ ਕਬੱਡੀਆਂ ਪਾ ਰਹੀਆਂ। ਸਮੁੱਚਾ ਮਾਹੌਲ ਮਾਂ ਖੇਡ ਕਬੱਡੀ ਨੂੰ ਸਮਰਪਿਤ ਹੈ ਤੇ ਬਾਅਦ ਦੇ ਵਿੱਚ ਕੁਸ਼ਤੀ ਨੂੰ ਸਮਰਪਿਤ ਹੋ ਜਾਵੇਗਾ। ਸੋ ਅੱਜ ਦਾ ਸਾਰਾ ਦਿਨ ਬਹੁਤ ਹੀ ਵਧੀਆ, ਇਸ ਤੋਂ ਬਾਅਦ ਕਲੱਬਾਂ ਦੇ ਮੁਕਾਬਲੇ ਤੇ ਇਹ ਸਾਹਮਣੇ ਪੰਜਾਬ ਦੀ ਜਵਾਨੀ ਦੇ ਸਾਹਮਣੇ ਮੁਕਾਬਲੇ ਹੁੰਦੇ ਹੋਏ, ਔਰ ਬਹੁਤ ਸੋਹਣਾ ਪੁਆਇੰਟ ਇਸ ਨੌਜਵਾਨ ਦੇ ਖਾਤੇ ਦੇ ਵਿੱਚ ਜੁੜਦਾ ਹੈ। ਅੱਜ ਆਪਣੇ ਖੇਡ ਮੈਦਾਨ ਦੇ ਵਿੱਚ ਕਮਲਜੀਤ ਸਿੰਘ ਆਪਣਾ ਜੋ ਆਪਾਂ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਆਵੇਗਾ ਜ਼ਰੂਰ, ਉਹਨਾਂ ਨੇ ਵੀ ਖੇਡ ਮੈਦਾਨ 'ਚ ਆਉਣਾ ਸੀ ਪਰ ਉੱਥੋਂ ਸਿਲੈਕਸ਼ਨ ਦੇ ਵਿੱਚੋਂ ਛੁੱਟੀ ਨਾ ਮਿਲਣ ਕਰਕੇ ਹਾਲੇ ਉੱਥੇ ਠਹਿਰੇ ਹੋਏ ਆ। ਆਪਾਂ ਸਾਰੇ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਕਮਲਜੀਤ ਸਿੰਘ ਜੋ ਆਪਣੇ ਖੇਡ ਮੈਦਾਨ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਪਿੰਡ ਦਾ ਨਾਂ ਉੱਚਾ ਕਰਨ ਅਤੇ ਸਿਲੈਕਸ਼ਨ ਦੇ ਵਿੱਚ ਆ ਕੇ ਮਾਂ ਪਿਓ ਦਾ ਵੀ ਨਾਂ ਉੱਚਾ ਕਰਨ, ਹਲਕੇ ਦਾ ਨਾਂ ਉੱਚਾ ਕਰਨ ਜੀ। ਸਾਡੇ ਵੱਲੋਂ ਇਹ ਅਰਦਾਸ ਬੇਨਤੀ ਆ ਕਿ ਆਪਣੇ ਜਿੰਨੇ ਵੀ ਇਹ ਖੇਡ ਮੈਦਾਨ ਦੇ ਵਿੱਚੋਂ ਖਿਡਾਰੀ ਜਾ ਰਹੇ ਆ ਜਾਂ ਆਪਣੇ ਪਹਿਲਾਂ ਇੱਥੇ ਕੁਲਵਿੰਦਰ ਕੌਰ ਵੀ ਬਤੌਰ ਕੈਪਟਨ ਖੇਡ ਚੁੱਕੀ ਆ, ਹੁਣ ਵੀ ਉਮੀਦ ਕਰਦੇ ਹਾਂ ਅੱਗੇ ਤੋਂ ਇਹ ਸਾਰੀਆਂ ਅਰਦਾਸਾਂ ਬੇਨਤੀਆਂ ਮਹਾਰਾਜ ਪੂਰੀਆਂ ਕਰਨਗੇ ਜੀ। ਅਗਲੀਆਂ ਟੀਮਾਂ ਨੂੰ ਬੇਨਤੀ ਹੈ ਕਿ ਉਹ ਤਿਆਰ ਹੋ ਕੇ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਜਾਣ, ਲਗਾਤਾਰ ਮੈਚ ਕਰਵਾਏ ਜਾਣਗੇ ਅੱਜ ਕਿਉਂਕਿ ਮੌਸਮ ਬਹੁਤ ਸੋਹਣਾ, ਮਾਹੌਲ ਬਹੁਤ ਹੀ ਵਧੀਆ। ਜਦੋਂ ਮੈਂ ਖੇਡ ਮੈਦਾਨ ਦੇ ਚਾਰੇ ਪਾਸੇ ਨਿਗਾਹ ਮਾਰਦਾ, ਇਹ ਜਿਹੜੇ ਰੰਗ ਬਿਰੰਗੇ ਝੰਡੇ ਲੱਗੇ ਹੋਏ ਆ ਇਨਸਾਨ ਦੀ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਦੀ ਤਰਜਮਾਨੀ ਕਰਦੇ ਆ। ਇਹ ਦੱਸਦੇ ਆ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਵੱਖਰੇ ਵੱਖਰੇ ਰੰਗ ਆਉਂਦੇ ਆ, ਕਦੀ ਕੋਈ ਰੰਗ ਆਉਂਦਾ ਕਦੀ ਕੋਈ ਰੰਗ ਆਉਂਦਾ, ਤੇ ਅੱਜ ਹੈ ਕਬੱਡੀ ਦਾ ਰੰਗ, ਔਰ ਇਹ ਨਵਾਂ ਪਿੰਡ ਦੋਨੇਵਾਲ ਦੀ ਧਰਤੀ, ਕਦੀ ਕੁਸ਼ਤੀ ਦਾ ਰੰਗ ਕਦੀ ਕਬੱਡੀ ਦਾ ਰੰਗ, ਔਰ ਸਾਹਮਣੇ ਪੈਂਦੀ ਹੋਈ ਕਬੱਡੀ ਨੌਜਵਾਨ ਜੋਬਨ ਹੈ, ਔਰ ਸਾਹਮਣੇ ਮੁਸ਼ਫੁੱਟ ਨੌਜਵਾਨ ਗੱਭਰੂ ਚੜ੍ਹਦੀ ਬਰੇਸ
ਭੱਜ ਤੁਰਿਆ ਪੁਆਇੰਟ ਆਪਣੇ ਖਾਤੇ ਦੇ ਵਿੱਚ ਜੋੜਦਾ ਹੋਇਆ ਨੌਜਵਾਨ ਵਾਪਸ ਜਾਂਦਾ ਹੋਇਆ ਚੱਲ ਸੂਰਮਿਆ ਵੱਧ ਅੱਗੇ ਸ਼ੇਰਾ ਚਾਰ ਗੱਭਰੂ ਬਹੁਤ ਹੀ ਵਧੀਆ ਅਨੁਸ਼ਾਸਨ ਦੇ ਵਿੱਚ ਖਲੋਤੇ ਹੋਏ ਖੇਡ ਮੈਦਾਨ ਦੇ ਵਿੱਚ ਬਾਹਰਲੇ ਪਾਸੇ ਦਰਸ਼ਕ ਵੀਰਾਂ ਨੇ ਬਹੁਤ ਸੋਹਣੀਆਂ ਰੌਣਕਾਂ ਲਾਈਆਂ ਹੋਈਆਂ ਨੇ ਅਸਮਾਨਾਂ ਦੇ ਵਿੱਚ ਉੱਡਦੇ ਪੰਛੀ ਵੀ ਅੱਜ ਇਸ ਖੇਡ ਮੈਦਾਨ ਦੇ ਦਰਸ਼ਨ ਕਰਕੇ ਜਾਂਦੇ ਆ ਸੋ ਪੰਜਾਬੀ ਵੀਰੋ ਉੱਡਦੇ ਹਵਾਈ ਜਹਾਜ਼ ਛੁੱਕ ਛੁੱਕ ਕਰਦੀਆਂ ਰੇਲ ਗੱਡੀਆਂ ਵਹਿੰਦੇ ਦਰਿਆ ਅਸਮਾਨਾਂ ਦੇ ਵਿੱਚ ਉੱਡਦੇ ਜਹਾਜ਼ ਕੁਦਰਤੀ ਕਾਇਨਾਤ ਜੇ ਸੱਚ ਪੁੱਛੋ ਤਾਂ ਮੈਨੂੰ ਇਹ ਬਹੁਤ ਹੀ ਸੋਹਣੇ ਲੱਗਦੇ ਆ ਬਹੁਤ ਹੀ ਵਧੀਆ ਲੱਗਦੇ ਆ ਸੋ ਅੱਜ ਕਬੱਡੀ ਔਰ ਸਾਹਮਣੇ ਪੰਜਾਬੀਆਂ ਦੀ ਮਹਿਬੂਬ ਖੇਡ ਔਰ ਸਾਹਮਣੇ ਵਾਜਵਾਨਾ ਨਹੀਂ ਰੀਸਾਂ ਬਹੁਤ ਤਕੜਾ ਜ਼ੋਰਦਾਰ ਗੁੱਟ ਫੜਿਆ ਸੀ ਪਰ ਅੰਕ ਆਪਣੇ ਖਾਤੇ ਵਿੱਚ ਜੋੜਦਾ ਹੋਇਆ ਵਾਪਸ ਸ਼ੈਡਿਊਲ ਦੇ ਅਨੁਸਾਰ ਅਨਾਊਂਸ ਕੀਤੀਆਂ ਹੋਈਆਂ ਨੈਕਸਟ ਟੀਮਾਂ ਜਿਹਨਾਂ ਦੇ ਵਿੱਚ ਸੁੱਖੇ ਵਾਸਤੇ ਸਰਦਾਰ ਕੁਲਵੀਰ ਸਿੰਘ ਜੀ 500 ਰੁਪਇਆ ਭੇਜਦੇ ਆ ਖਿਡਾਰੀਆਂ ਦੇ ਮਾਨ ਸਨਮਾਨ ਵਾਸਤੇ ਬਹੁਤ ਮਾਇਆ ਆ ਰਹੀ ਆ ਸੁੱਖੇ ਵਾਸਤੇ ਸਰਦਾਰ ਗਦਿਆਲ ਸਿੰਘ ਜੀ 100 ਰੁਪਇਆ 100 ਰੁਪਇਆ ਉਹਨਾਂ ਦੇ ਮਾਮਾ ਜੀ ਬਖਸ਼ੀਸ਼ ਸਿੰਘ ਜੀ 100 ਰੁਪਇਆ ਸਰਬਨ ਸਿੰਘ ਜੀ ਯੂਕੇ ਤੋਂ ਦੋਨਾਂ ਟੀਮਾਂ ਵਾਸਤੇ ਪੋਤਰਾ ਬਿਸ਼ਨ ਸਿੰਘ ਸਰਦਾਰ ਗੁਰਦੀਪ ਸਿੰਘ ਜੀ ਦਾ ਲੜਕਾ ਸੁਲੱਖਣ ਸਿੰਘ ਦੋਵਾਂ ਟੀਮਾਂ ਵਾਸਤੇ 100-100 ਰੁਪਇਆ ਭੇਜ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਵਾਨ ਬਿਸ਼ਨ ਸਿੰਘ ਦਾ ਇਹ ਪਿੰਡ ਹੈ ਪੰਜਾਬੀਓ ਰਾਗੀ ਅਜੀਤ ਸਿੰਘ ਦਾ ਪਿੰਡ ਹੈ ਮੇਰੇ ਸੂਰਮਿਓ ਜਿੱਥੇ ਆਪਾਂ ਅੱਜ ਇਸ ਕਬੱਡੀ ਦਾ ਆਨੰਦ ਮਾਣਦੇ ਹਾਂ ਇਹ ਦੁਆਬੇ ਦੀ ਧਰਤੀ ਹੈ ਪੰਜਾਬ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਵਾਹਿਗੁਰੂ ਜੀ ਕੀ ਫਤਿਹ ਮੈਂ ਤੱਕ ਰਿਹਾ ਸਟੇਜ ਵੱਲ ਕਿ ਹਜੇ ਤੱਕ ਸਾਡੇ ਸਤਿਕਾਰਯੋਗ ਬੀਬੀ ਜਸਵਿੰਦਰ ਕੌਰ ਜੀ ਸਰਪੰਚ ਸਾਹਿਬ ਸਟੇਜ ਤੇ ਨਹੀਂ ਆਏ ਰਾਜਵੰਸ਼ ਸਿੰਘ ਨੂੰ ਬੇਨਤੀ ਹੈ ਕਿ ਉਹਨਾਂ ਨਾਲ ਲੈ ਕੇ ਸਟੇਜ ਤੇ ਸੁਸ਼ੋਭਿਤ ਹੋਣ ਨਾਲ ਹੀ ਸਾਡੇ ਪੰਚਾਇਤ ਮੈਂਬਰ ਸਰਦਾਰ ਮਲਕੀਤ ਸਿੰਘ ਸਰਦਾਰ ਗੁਰਮੁਖ ਸਿੰਘ ਸਰਦਾਰ ਸਵਰਨ ਸਿੰਘ ਜੀ ਚੰਦੀ ਸ਼੍ਰੀਮਤੀ ਹਰਦੀਸ਼ ਕੌਰ ਸ਼੍ਰੀਮਤੀ ਸ਼ਰਨਦੀਪ ਕੌਰ ਸ਼੍ਰੀ ਕਾਲਾ ਰਾਮ ਜੀ ਸ਼੍ਰੀ ਦਾਰਾ ਰਾਮ ਜੀ ਸਾਰੇ ਚਰਨਾਂ 'ਚ ਬੇਨਤੀ ਹੈ ਕਿ ਉਹ ਜ਼ਰੂਰ ਸਟੇਜ 'ਤੇ ਸ਼ੋਭਿਤ ਹੋਣ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਉਹ ਪਹਿਲਾਂ ਪਹੁੰਚ ਹੀ ਚੁੱਕੇ ਨੇ ਜੋ ਕਿ ਡਾਇਰੈਕਟਰ ਬੋਰਡ ਆਫ ਪੰਸ ਬੱਸ ਹਨ ਧੰਨਵਾਦ ਜੀ ਥੋੜ੍ਹੇ ਸਮੇਂ ਤੱਕ ਇਸ ਪਾਵਨ ਅਤੇ ਪਵਿੱਤਰ ਨਗਰੀ ਦੇ ਜ਼ਿੰਮੇਵਾਰ ਸ਼ਖਸੀਅਤ ਸਰਪੰਚ ਸਾਹਿਬ ਪਹੁੰਚਣ ਵਾਲੇ ਆ ਸੋ ਬੜਾ ਮਾਣ ਸਜੀ ਹੋਈ ਸਟੇਜ ਮੈਨੂੰ ਏਦਾਂ ਲੱਗਦਾ ਵੀ ਜਿਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਰਗਾ ਦਰਬਾਰ ਲੱਗਾ ਹੋਵੇ ਮਾਣਮਤੀਆਂ ਸ਼ਖਸੀਅਤਾਂ ਦੇ ਦਰਸ਼ਨ ਹੋ ਰਹੇ ਆ ਇਹ ਉਹ ਸਤਿਕਾਰਯੋਗ ਸ਼ਖਸੀਅਤਾਂ ਨੇ ਜਿਹਨਾਂ ਦੇ ਨਾਵਾਂ ਦੇ ਨਾਲ ਵਿਸ਼ੇਸ਼ਣ ਲੱਗੇ ਹੋਏ ਆ ਜਿਹਨਾਂ ਨੂੰ ਦੁਨੀਆ ਬਹੁਤ ਦੂਰ ਦੂਰ ਤੱਕ ਜਾਣਦੀ ਹੈ ਜਿਹਨਾਂ ਨੇ ਸਮਾਜ ਦੀ ਸੇਵਾ ਕਰਨ ਦੇ ਵਾਸਤੇ ਕੋਈ ਕਸਰ ਨਹੀਂ ਛੱਡੀ ਜਿਹਨਾਂ ਦੇ ਨਾਂ ਜਿਹੜੇ ਅਖਬਾਰਾਂ ਦੇ ਵਿੱਚ ਵੀ ਆਉਂਦੇ ਆ ਤੇ ਜਦੋਂ ਸੱਥਾਂ ਦੇ ਵਿੱਚ ਆਪਾਂ ਇਕੱਠੇ ਹੁੰਦੇ ਆ ਜਾਂ ਫਿਰ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਹੁੰਦੇ ਆ ਉਦੋਂ ਵੀ ਇਹਨਾਂ ਸ਼ਖਸੀਅਤਾਂ ਦੀ ਗੱਲ ਹੁੰਦੀ ਹੈ ਉਹਨਾਂ ਸ਼ਖਸੀਅਤਾਂ ਨੂੰ ਅੱਜ ਮੈਂ ਸਾਹਮਣੇ ਸ਼ਹੀਦ ਊਧਮ ਸਿੰਘ ਸਟੇਡੀਅਮ ਦੇ ਵਿੱਚ ਵੱਖਰੀਆਂ ਵੱਖਰੀਆਂ ਦਸਤਾਰਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਪੋਸ਼ਾਕਾਂ ਦੇ ਰੰਗਾਂ ਦੇ ਵਿੱਚ ਤੱਕ ਰਿਹਾ ਸੋ ਬਹੁਤ ਮਾਣ ਬੜਾ ਸਤਿਕਾਰ ਇਹਨਾਂ ਨਾਮਵਰ ਸ਼ਖਸੀਅਤਾਂ ਦੇ ਵਾਸਤੇ ਇਹ ਨੌਜਵਾਨ ਜੋਬਨ ਜੋ ਕਿ ਸਾਹਮਣੇ ਕੇਸਾ ਧਾਰੀ ਹੈ ਸਿੱਖ ਸਰਦਾਰ ਗੱਭਰੂ ਹੈ ਇਹਦੇ ਦੀ ਖੇਡ ਤੋਂ ਖੁਸ਼ ਹੋ ਕੇ ਜੋ ਸਰਦਾਰ ਮੱਖਣ ਸਿੰਘ ਜੀ ਜਿਹੜੇ ਕਿ ਵਿਸ਼ੇਸ਼ ਤੌਰ ਦੇ ਉੱਤੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਸਿਆ ਹੋਇਆ ਪਰਿਵਾਰ ਪਰ ਇਹ ਜੋ ਛਿੰਝ ਵੇਲਾ ਮੈਂ ਬੇਨਤੀ ਕਰਦਾ ਸਰਦਾਰ ਸੁਖਵਿੰਦਰ ਸਿੰਘ ਜੀ ਸੁੱਖ ਤੇ ਰਛਪਾਲ ਸਿੰਘ ਨੂੰ ਇਹ ਅਗਲੀਆਂ ਟੀਮਾਂ ਵਾਸਤੇ ਦੱਸਣ ਤਾਂ ਕਿ ਆਪਾਂ ਉਹਨਾਂ ਦੇ ਨਾਂ ਲਾਂਚ ਕਰਾ ਕੇ ਦੁਬਾਰਾ ਫਿਰ ਇਹ ਖੇਡ ਮੈਦਾਨ ਦੇ ਵਿੱਚ ਉਹ ਟੀਮਾਂ ਨੂੰ ਲਿਆ ਕੇ ਮੈਚ ਦਾ ਆਨੰਦ ਮਾਣ ਸਕੀਏ ਇਹਨਾਂ ਤੋਂ ਅੱਗੇ ਦੱਸਿਆ ਜਾਵੇ ਕਿ ਕਿਹੜੀ ਕਿਹੜੀ ਟੀਮ ਦਾ ਆਪਾਂ ਮੈਚ ਕਰਾਉਣ ਜਾ ਰਹੇ ਹਾਂ ਜੀ ਸਰਦਾਰ ਮੱਖਣ ਸਿੰਘ ਜੀ ਦਿੱਲੀ ਵਾਲੇ ਜੋਬਨ ਦੀ ਖੇਡ ਤੋਂ ਖੁਸ਼ ਹੋ ਕੇ 200 ਰੁਪਏ ਦਾ ਮਾਣ ਭੇਜਦੇ ਆ ਸੋ
ਮੈਂ ਬੇਨਤੀ ਕਰਾਂ ਕਿ ਟੀਮਾਂ ਦਾ ਸ਼ੈਡਿਊਲ ਜਿਹੜੇ ਸਾਡੇ ਵੀਰ ਦੇ ਕੋਲ ਹੈ ਉਹ ਜਾਂ ਤਾਂ ਮੇਰੇ ਕੋਲ ਪਹੁੰਚਦਾ ਕਰ ਦੇਵੇ ਤੇ ਜਾਂ ਸਰਦਾਰ ਸੰਤੋਖ ਸਿੰਘ ਜੀ ਬੱਗਾ ਜਿਹੜੇ ਕਿ ਮੁੱਖ ਸਟੇਜ ਦੇ ਉੱਤੋਂ ਸਰਦਾਰ ਬਲਵਿੰਦਰ ਸਿੰਘ ਜੀ ਸੱਦਰ ਨਿਰਮਲ ਸਿੰਘ ਜੀ ਹੁਣੀ ਜਿਹੜੇ ਕਿ ਮੁੱਖ ਸਟੇਜ ਦੇ ਉੱਤੋਂ ਇਸ ਵੇਲੇ ਸੰਚਾਲਨ ਕਰ ਰਹੇ ਜਾਂ ਉਹਨਾਂ ਦੇ ਕੋਲ ਬੁਲਾ ਦਿੱਤਾ ਜਾਵੇ ਔਰ ਬੁਲਾਇਆ ਜਾਵੇ ਜਲਦੀ ਕਿਉਂਕਿ ਆਹ ਮੈਚ ਜਿਹੜਾ ਆਖਰੀ ਪਲਾਂ ਦੇ ਵਿੱਚ ਹੈ ਤੇ ਸਾਹਮਣੇ ਪੈਂਦੀ ਹੋਈ ਕਬੱਡੀ ਪਹਿਲਵਾਨਾਂ ਵਰਗਾ ਸੀਰ ਹੈ ਇਸ ਸੂਰਮੇ ਦਾ ਵਾਹ ਨਹੀਂ ਦਿਖਿਆ ਐਵੇਂ ਨਹੀਂ ਸਰੀਰ ਬਣਿਆ ਲੱਖਾਂ ਰੁਪਈਆਂ ਦੀਆਂ ਚੰਗੀਆਂ ਖੁਰਾਕਾਂ ਢਿੱਡ ਦੇ ਵਿੱਚ ਪਾਈਆਂ ਤੇ ਫੇਰ ਕਿਤੇ ਜਾ ਕੇ ਇਹੋ ਜਿਹਾ ਮਾਣ ਮਿਲਦਾ ਕਿ ਦੁਨੀਆ ਮਨ ਦੀ ਜੋਰਾਂ ਨੂੰ ਕੋਈ ਮੰਨਦਾ ਨਹੀਂ ਕਮਜ਼ੋਰਾਂ ਨੂੰ ਜੇ ਛਾਤੀ ਵਿੱਚ ਦਮ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾਂ ਲੋਕੀ ਤਾਂ ਪੁੱਛਦੇ ਸਰਨਾਵਾਂ ਹਰਜੀਤ ਪਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਵਾਂ ਵਿਰਲੇ ਪੁੱਤ ਜੰਮਦੀਆਂ ਮਾਵਾਂ ਆ ਸੂਰਮਿਆਂ ਆ ਜਾਫੀ ਦਾ ਨਾਂ ਦੱਸੋ ਜਰਾ ਕਬੱਡੀ ਛੁਪੀ ਹੋਈ ਆ ਇਸ ਗੱਭਰੂ ਦੇ ਸਰੀਰ ਦੇ ਵਿੱਚ ਔਰ ਨਵਾਂ ਪਿੰਡ ਦੋਨੇਵਾਲ ਦੀ ਧਰਤੀ ਤੋਂ ਇੱਕ ਹੋਰ ਕਮਲ ਪੈਦਾ ਹੋਵੇਗਾ ਨੌਜਵਾਨ ਗੁਰਜੀਤ ਬਹੁਤ ਹੀ ਸੋਹਣਾ ਇਸ ਨੌਜਵਾਨ ਦਾ ਸੰਘਰਸ਼ ਬੜੀ ਅੱਛੀ ਖੇਡ ਚੰਗਾ ਸੁਭਾਅ ਵਾਹ ਬੀ ਵਾਹ ਇਹ ਤਾਂ ਵੀ ਠੇਕੇਦਾਰ ਸਾਹਿਬ ਦਾ ਲੱਕ ਤੇ ਜਿਗਰ ਆ ਬਹੁਤ ਅੱਛਾ ਵੀ ਮੁਬਾਰਕਾਂ ਇਸ ਕਬੱਡੀ ਨੂੰ ਭਾਗ ਲੱਗਣ ਨਾਮ ਉੱਚਾ ਹੋਵੇ ਜੋਮਨਪ੍ਰੀਤ ਵਾਸਤੇ 100 ਰੁਪਈਆ ਉਹਨਾਂ ਦੇ ਮਾਮਾ ਜੀ ਪਰਮਜੀਤ ਸਿੰਘ ਜੀ ਨਵਾਂ ਠੱਟ ਤੋਂ ਭੇਜ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜੋ ਅਗਲੇ ਮੈਚ ਹੈ ਉਹ ਕਲੱਬਾਂ ਦੇ ਮੈਚ ਸ਼ੁਰੂ ਹੋਣ ਲੱਗੇ ਆ ਤੇ ਜਿਹੜਾ ਪਹਿਲਾ ਮੈਚ ਹੋਣਾ ਹੈ ਜੋ ਮੈਨੂੰ ਹੁਕਮ ਹੋਇਆ ਵੀ ਅਨਾਊਂਸ ਕਰ ਦਿਓ ਉਹ ਹੈ ਬਾਬਾ ਸੁਖਚੇਤ ਦਾਸ ਕਲੱਬ ਸ਼ਾਹਕੋਟ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਇਹਦਾ ਦੁੱਗਲ ਕਲੱਬ ਹੁਸ਼ਿਆਰਪੁਰ ਦੇ ਨਾਲ ਜਿਹੜਾ ਅੱਜ ਦਾ ਪਹਿਲਾ ਮੈਚ ਖੇਡਿਆ ਜਾਵੇਗਾ ਸੈਕਿੰਡ ਮੈਚ ਡਿਡਵਿੰਡੀ ਕਲੱਬ ਤੇ ਦੂਸਰੇ ਪਾਸੇ ਬਾਬਾ ਅਮਰਾਦ ਸ਼ਾਹ ਕਲੱਬ ਨਕੋਦਰ ਦੇ ਦਰਮਿਆਨ ਖੇਡਿਆ ਜਾਵੇਗਾ ਇਹਨਾਂ ਕਲੱਬਸ ਦੇ ਜੋ ਕੋਚ ਸਹਿਬਾਨ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰਾਂ ਕਿ ਪਲੀਜ਼ ਆਪਣੀਆਂ ਟੀਮਾਂ ਜਿਹੜੀਆਂ ਉਹਨਾਂ ਨੂੰ ਤਿਆਰ ਕਰ ਲਿਆ ਜਾਵੇ ਔਰ ਤਿਆਰ ਕਰਕੇ ਖਿਡਾਰੀਆਂ ਨੂੰ ਖੇਡ ਮੈਦਾਨ ਦੇ ਵੱਲ ਭੇਜਿਆ ਜਾਵੇ ਤਾਂ ਕਿ ਇਹ ਮੈਚ ਜਿਹੜੇ ਆਪਾਂ ਠੀਕ ਸਮੇਂ ਸਿਰ ਸ਼ੁਰੂ ਕਰ ਸਕੀਏ ਔਰ ਸ਼ਾਮ ਨੂੰ ਜਿਹੜੀਆਂ ਕੁਸ਼ਤੀਆਂ ਹੋਣੀਆਂ ਉਹਨਾਂ ਨੂੰ ਵੀ ਵੱਧ ਸਮਾਂ ਮਿਲ ਸਕੇ ਅੱਛੇ ਤਰੀਕੇ ਨਾਲ ਆਏ ਹੋਏ ਚੰਗੇ ਮੱਲਾਂ ਦੀਆਂ ਕੁਸ਼ਤੀਆਂ ਦੇਖੀਏ ਆਓ ਸਾਹਮਣੇ ਪੈਂਦੀ ਕਬੱਡੀ ਸੋ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਤੇ ਦੁੱਗਲ ਕਲੱਬ ਹੁਸ਼ਿਆਰਪੁਰ ਤਿਆਰ ਹੋ ਕੇ ਜਲਦੀ ਤੋਂ ਜਲਦੀ ਮੈਦਾਨ ਦੇ ਵੱਲ ਚਾਲੇ ਪਾਉਣ ਚੱਲ ਵੀ ਬੈਰੀਪੁਰੀਆ ਪਾ ਜਵਾਨਾ ਕਬੱਡੀ ਦਰਸ਼ਕ ਵੀਰੋ ਸੁਲਤਾਨਪੁਰ ਲੋਧੀ ਧਰਤੀ ਔਰ ਮੈਰੀਪੁਰ ਪਿੰਡ ਬੜਾ ਮਸ਼ਹੂਰ ਹੈ ਮੈਂ ਜਾਣਕਾਰੀ ਵਾਸਤੇ ਦੱਸਦਿਆਂ ਪਹਿਲਾਂ ਗੱਲ ਸਰਦਾਰ ਸਵਰਨ ਸਿੰਘ ਜੀ USA ਵਾਲਿਆਂ ਦੀ ਕਰਾਂਗਾ ਤੇ ਉਸ ਤੋਂ ਬਾਅਦ ਮੈਂ ਲੋਧੀ ਦੀ ਗੱਲ ਕਰਾਂਗਾ ਸਰਦਾਰ ਸਵਰਨ ਸਿੰਘ ਜੀ USA ਵਾਲੇ ਦੋਹਾਂ ਟੀਮਾਂ ਦੇ ਵਾਸਤੇ 100-100 ਰੁਪਈਏ ਦਾ ਮਾਣ ਭੇਜਦੇ ਆ ਬਹੁਤ ਬਹੁਤ ਧੰਨਵਾਦ ਤੇ ਹੁਣ ਗੱਲ ਕਰੀਏ ਸੁਲਤਾਨਪੁਰ ਲੋਧੀ ਜਿਸ ਤਹਿਸੀਲ ਦੀ ਇਹ ਟੀਮ ਜਿਹੜੀ ਆ ਖੇਡ ਰਹੀ ਹੈ ਪੰਜਾਬ ਦੇ ਜਿੰਨੇ ਵੀ ਪਿੰਡ ਆ 12,500 ਲਗਭਗ ਪਿੰਡ ਆ ਪੰਜਾਬੀ ਵੀਰੋ ਔਰ ਉਹਨਾਂ ਪਿੰਡਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਪਿੰਡ ਸੁਲਤਾਨਪੁਰ ਲੋਧੀ ਆ ਨੋਟ ਰੱਖਿਓ ਸਭ ਤੋਂ ਪੁਰਾਣਾ ਪਿੰਡ ਪੰਜਾਬ ਦੇ ਜਿੰਨੇ ਵੀ ਸ਼ਹਿਰ ਆ ਉਹਨਾਂ ਸਾਰੇ ਸ਼ਹਿਰਾਂ ਦੇ ਵਿੱਚੋਂ ਜਿਹੜਾ ਪੁਰਾਣਾ ਸ਼ਹਿਰ ਹੈ ਉਹ ਰੋਪੜ ਆ ਜਿਹੜਾ ਕਿ ਰੂਪ ਬਸੰਤ ਨੇ ਵਸਾਇਆ ਸੀ ਰੋਪੜ ਸ਼ਹਿਰ ਸਭ ਤੋਂ ਪੁਰਾਣਾ ਇਹ ਆਮ ਜਾਣਕਾਰੀ ਦੀਆਂ ਗੱਲਾਂ ਕਬੱਡੀ ਦੇ ਨਾਲ ਨਾਲ ਆਪਾਂ ਇਹ ਗੱਲਾਂ ਵੀ ਕਰਾਂਗੇ ਤੇ ਸਾਹਮਣੇ ਅਗਲੀ ਕਬੱਡੀ ਪਾਉਂਦਾ ਹੋਇਆ 100 ਰੁਪਈਆ ਗੁਰਜੀਤ ਸਿੰਘ ਖਿਡਾਰੀ ਵਾਸਤੇ ਉਹਨਾਂ ਦੇ ਸਿਸਟਰ ਭੇਜ ਰਿਹਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਚ ਤੋਂ ਬਾਅਦ ਸਟੇਜ ਤੋਂ ਪ੍ਰਾਪਤ ਕਰ ਲੈਣ ਜੀ ਬਹੁਤ ਵਧੀਆ ਦੇਖੋ ਸਾਹਮਣੇ ਮੁੰਡੇ ਦੀ ਖੇਡ ਦੇਖ ਲਓ ਸੁਭਾਅ ਦੇਖ ਲਓ ਬਹੁਤ ਸੋਹਣੀ ਖੇਡ ਬੜਾ ਵਧੀਆ ਸੁਭਾਅ ਸੋ ਬਹੁਤ ਸੋਹਣਾ ਮੌਸਮ ਅੱਜ ਖੇਡ ਮੇਲੇ ਦੀ ਝੋਲੀ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਸੋਹਣੀ ਧੁੱਪ ਪਾਈ ਹੈ
ਬਹੁਤ ਸੋਹਣੀ ਧੁੱਪ ਪਈ ਹੈ, ਠੰਡੀ ਠੰਡੀ ਹਵਾ ਚੱਲਦੀ ਹੈ ਔਰ ਅੱਛਾ ਸਾਊਂਡ ਸਿਸਟਮ, ਬਹੁਤ ਹੀ ਵਧੀਆ ਪਿਆਰਾ ਮਾਹੌਲ, ਸਾਜਗਰ ਮਾਹੌਲ ਔਰ ਘੱਟੋ ਘੱਟ 6-7 ਲੱਖ ਰੁਪਈਏ ਦੇ ਕੈਮਰੇ ਆ ਜਿਹੜੇ ਫਿੱਟ ਕੀਤੇ ਹੋਏ ਅੱਜ, ਮੇਰੇ ਹਿਸਾਬ ਦੇ ਨਾਲ 10 ਲੱਖ ਦੇ ਕੈਮਰੇ ਹੋਣੇ ਆ ਜਿਹੜੇ ਫਿੱਟ ਕੀਤੇ ਹੋਏ ਅੱਜ, ਜਿਹੜੇ ਇੱਕ ਇਤਿਹਾਸ ਲਿਖ ਰਹੇ ਆ, ਜਿਹੜੇ ਇੱਕ ਹਿਸਟਰੀ ਲਿਖ ਰਹੇ ਆ ਔਰ ਇਹ ਇਤਿਹਾਸ ਸਾਂਭ ਕੇ ਰੱਖਣਾ ਹੈ। ਸਾਹਮਣੇ ਮੀਡੀਆ ਦੀਆਂ ਕਲਮਾਂ ਬੈਠੀਆਂ ਨੇ ਔਰ ਸਾਡੇ ਪਿਆਰੇ ਵੀਰ ਜਿਹੜੇ ਆ ਸਵਰਨ ਸਿੰਘ ਜੀ ਹੋਣੀ ਔਰ ਉਹਨਾਂ ਦੇ ਸਾਥੀ ਜੋ ਕਿ ਲੋਹੀਆਂ ਕਲੱਬ, ਪ੍ਰੈਸ ਕਲੱਬ ਲੋਹੀਆਂ, ਸਾਰਿਆਂ ਨੇ ਅੱਜ ਇਸ ਖੇਡ ਮੇਲੇ ਦੇ ਵਿੱਚ ਪਹੁੰਚਣਾ। ਖੇਡਾਂ ਦੇ ਨਾਲ ਨਾਲ ਹੌਸਲਾ ਅਫਸਾਈ ਵੀ ਬਹੁਤ ਹੋ ਰਹੀ ਹੈ ਜੀ। ਚੰਦਜੀਤ ਸਿੰਘ ਸੈਕਟਰੀ ਸਾਹਿਬ ਨੇ ਲਿਸਟ ਦਿੱਤੀ ਆ, ਇਹਨਾਂ ਨੇ ਦੱਸਿਆ ਕਿ ਆਪਾਂ ਨੂੰ 6 ਦੇ ਵਿੱਚੋਂ ਬਾਹਰਲੇ ਪਿੰਡਾਂ ਤੋਂ, ਬਾਹਰਲਿਆਂ ਦੇਸ਼ਾਂ ਤੋਂ ਨਾਲ ਦੀ ਨਾਲ ਖੇਡਾਂ ਕਰਾਉਣ ਵਾਸਤੇ ਬਹੁਤ ਮਾਇਆ ਆ ਰਹੀ ਆ। ਖੁੱਲ੍ਹੇ ਦਿਲ ਨਾਲ ਕਹਿੰਦੇ ਕਰਾਓ ਅਤੇ ਖੁੱਲ੍ਹੀ ਮਾਇਆ ਆਊਗੀ ਜੀ। ਇਹਨਾਂ ਨੇ ਦਿੱਤੀ ਲਿਸਟ, ਸੇਮ ਸਿੰਘ ਟੋਨਾ 100 ਰੁਪਈਆ, ਕਰਮਚੰਦ ਜੀ ਨੇ ਅਲੂਵਾਲ ਤੋਂ 200 ਰੁਪਈਆ, ਜਤਿੰਦਰ ਸਿੰਘ ਜੀ ਸ਼ਾਹਪੁਰ ਤੋਂ 200 ਰੁਪਈਆ, ਸਰਦਾਰ ਮੱਖਣ ਸਿੰਘ ਜੀ ਜੋ ਦਿੱਲੀ ਤੋਂ ਆਪਣੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚੇ ਆ, ਆਪਣੇ ਨਗਰ ਨਿਵਾਸੀ ਸਰਦਾਰ ਮੱਖਣ ਸਿੰਘ ਜੀ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਪਹੁੰਚੇ ਆ, ਹੁਣ ਅੱਜ ਕੱਲ੍ਹ ਰਿਹਾਇਸ਼ ਨੇ ਦਿੱਲੀ ਆ, 3100 ਰੁਪਈਆ 6 ਦੇ ਵਿੱਚ ਹੌਸਲਾ ਅਫਸਾਈ ਕਰਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਯੇ ਦੇਸ਼ ਹੈ ਵੀਰ ਜਵਾਨੋਂ ਕਾ, ਅਲ ਬੇਲੋ ਕਾ ਮਸਤਾਨੋਂ ਕਾ, ਇਸ ਦੇਸ਼ ਕਾ ਯਾਰੋ ਕਿਆ ਕਹਿਣਾ, ਯੇ ਦੇਸ਼ ਹੈ ਦੁਨੀਆ ਕਾ ਗਹਿਣਾ, ਯੇ ਦੇਸ਼ ਹੈ ਦੁਨੀਆ ਕਾ ਗਹਿਣਾ, ਇੱਥੇ ਘਰ ਘਰ ਪੂਜਾ ਹੁੰਦੀ ਰੱਬ ਦੀ ਏ, ਇਸ ਧਰਤੀ ਤੇ ਅੱਖ ਸਭ ਦੀ ਏ, ਪਰ ਡਰ ਵੀ ਹੈ ਤਲਵਾਰਾਂ ਦਾ, ਇਹ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਰਿਸ਼ੀਆਂ ਮੁਨੀਆਂ ਅਵਤਾਰਾਂ ਦਾ, ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ। ਗੁਰਜੀਤ ਸਿੰਘ ਵਾਸਤੇ 500 ਰੁਪਈਆ ਉਹਨਾਂ ਦੀ ਭੈਣ ਉਹਦੀ ਹੌਸਲਾ ਅਫਸਾਈ ਵਾਸਤੇ ਭੇਜ ਰਹੀ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਉਸ ਪਿਆਰੇ ਵਤਨ ਦਾ ਇਹ ਸੂਬਾ ਪੰਜਾਬ ਕੇ ਰੰਗਲੇ ਪੰਜਾਬ ਦੀ ਸਿੱਤ ਸੁਣਾਵਾਂ, ਜਿੱਥੇ ਰੱਬ ਵਰਗੀਆਂ ਬਾਵਾਂ, ਇਹ ਧਰਤੀ 5 ਦਰਿਆਵਾਂ ਦੀ ਰਾਣੀ, ਜਿਸ ਦਾ ਸ਼ਰਬਤ ਵਰਗਾ ਪਾਣੀ, ਇਹ ਮੇਰਾ ਪੰਜਾਬ ਬਿਲੀਓ, ਇਹ ਮੇਰਾ ਪੰਜਾਬ ਔਰ ਉਸ ਪੰਜਾਬ ਦੀ ਧਰਤੀ ਦਾ ਇਹ ਜੋਗੀ ਜਲੰਧਰ ਰਾਤ ਦਾ ਵਸਾਇਆ ਹੋਇਆ ਜ਼ਿਲ੍ਹਾ ਜਲੰਧਰ, ਤਹਿਸੀਲ ਸ਼ਾਹਕੋਟ, ਨਵਾਂ ਪਿੰਡ ਦੋਨੇਵਾਲ ਦੀ ਧਰਤੀ ਸਾਹਮਣੇ ਗੱਭਰੂਆ। ਬਾਅਦ ਅੱਗੇ ਸਮਾਂ ਬੀਤਦਾ ਜਾਂਦਾ, ਘੜੀ ਦੀਆਂ ਸੂਈਆਂ ਜਿਹੜੀਆਂ ਟਿਕ 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 ਕਰੀ ਜਾਂਦੀਆਂ ਔਰ ਬਹੁਤ ਹੀ ਸੋਹਣਾ ਅੰਕ ਆਪਣੇ ਖਾਤੇ ਦੇ ਵਿੱਚ ਜੋੜਦਾ ਹੋਇਆ ਇਹ ਨੌਜਵਾਨ ਵਾਪਸ ਜਾਂਦਾ ਹੋਇਆ। ਸੁਖਵਿੰਦਰ ਸਿੰਘ ਸੁੱਖ ਤੇ ਰਸਪਾਲ ਸਿੰਘ ਵੱਲੋਂ ਇਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਸੁਖਤੈਨ ਦਾਸ ਕਲੱਬ ਸ਼ਾਹਕੋਟ, ਦੁੱਗਲ ਕਲੱਬ ਹੁਸ਼ਿਆਰਪੁਰ ਜਲਦੀ ਤੋਂ ਜਲਦੀ ਤਿਆਰ ਹੋ ਕੇ 5 ਮਿੰਟ ਦੇ ਵਿੱਚ ਵਿੱਚ ਮੈਦਾਨ ਦੇ ਵਿੱਚ ਪਹੁੰਚਣ ਅਤੇ ਮੈਚ ਸ਼ੁਰੂ ਕਰਾਇਆ ਜਾ ਸਕੇ ਜੀ। ਇਹਨਾਂ ਕਲੱਬਾਂ ਦੇ ਕੋਚ ਇਹਨਾਂ ਨੂੰ ਮਿਲ ਚੁੱਕੇ ਆ, ਇਹ ਜਲਦੀ ਤੋਂ ਜਲਦੀ ਟੀਮਾਂ ਤਿਆਰ ਕਰਾ ਕੇ ਮੈਦਾਨ ਦੇ ਵਿੱਚ ਲੈ ਕੇ ਆਉਣ ਜੀ। ਪੰਜਾਬੀ ਵੀਰੋ, ਕੱਲ੍ਹ ਸਾਡੇ ਪਿੰਡ ਮੈਂ ਜਿਹੜਾ ਦੱਸਿਆ ਵੀ ਗਲਾਨੀ ਸਾਹਿਬ ਜਿਹੜੇ ਕਮੈਂਟੇਟਰ ਕਬੱਡੀ ਦੇ ਪਹੁੰਚੇ ਸਨ, ਮੈਨੂੰ ਪੁੱਛਦੇ ਵੀ ਤੁਸੀਂ ਰੰਗ ਕਿੱਦਾਂ ਦਾ ਬੋਲਦੇ ਆ ਖੇਡ ਮੇਲਿਆਂ ਦੇ ਵਿੱਚ, ਤੇ ਮੈਂ ਦੱਸਿਆ ਵੀ ਮੈਂ ਜ਼ਿਆਦਾ ਸੱਭਿਆਚਾਰਕ ਰੰਗ, ਆਮ ਜਾਣਕਾਰੀ ਦੀਆਂ ਗੱਲਾਂ ਔਰ ਪੰਜਾਬੀ ਸ਼ਹਿਰੋ ਸ਼ਹਿਰੀ ਦੀ ਗੱਲ ਕਰਦਾ, ਸੋ ਕੁਝ ਵਿਚਾਰਾਂ ਵੀ ਸਾਂਝੀਆਂ ਹੋਈਆਂ ਔਰ ਆਓ ਸਾਹਮਣੇ ਇਹ ਸ਼ਾਨਦਾਰ ਮੁਕਾਬਲਾ ਇੱਥੇ ਸਮਾਪਤ ਔਰ ਇਸ ਮੁਕਾਬਲੇ ਦਾ ਲੇਖਾ ਜੋਖਾ ਹਿਸਾਬ ਕਿਤਾਬ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝਾ ਕਰਾਂਗਾ। ਦਰਸ਼ਕ ਵੀਰੋ, ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹੋ, ਬੜੀ ਖੁਸ਼ੀ, ਬੜਾ ਚਾਅ, ਜਿੱਥੋਂ ਤੱਕ ਮੇਰੀ ਨਿਗਾਹ ਘੁੰਮਦੀ ਹੈ। ਗੁਰਮੁਖ ਸਿੰਘ ਵੱਲੋਂ, ਬਾਬਾ ਅਰਜਨ ਸਿੰਘ ਜੀ ਦੇ ਨਾਂ ਵੱਲੋਂ 100 ਰੁਪਈਆ ਗੁਰਜੀਤ ਸਿੰਘ ਵਾਸਤੇ ਆਇਆ ਜੀ। ਇਹ ਸਾਰੇ ਜਿੰਨੇ ਵੀ ਖਿਡਾਰੀਆਂ ਦੇ ਨਾਂ ਬੋਲੇ ਗਏ ਸੀ, ਕਿਰਪਾ ਕਰਕੇ ਸਟੇਜ ਦੇ ਉੱਤੋਂ ਆਪਣਾ ਨਾਮ ਪ੍ਰਾਪਤ ਕਰ ਲੈਣ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ, ਸਰਦਾਰ ਗੁਰਮੁਖ ਸਿੰਘ ਜੀ ਦਾ ਜੀ। 50 ਪੁਆਇੰਟ ਮੈਰੀਪੁਰ, 44 ਪੁਆਇੰਟ ਨਵਾਂ ਪਿੰਡ ਦੋਨੇਵਾਲ, ਮੈਰੀਪੁਰ ਦੀ ਟੀਮ ਇਸ ਮੁਕਾਬਲੇ ਦੀ ਵਿਨਰ ਟੀਮ ਹੈ ਔਰ ਇਸ ਤੋਂ ਬਾਅਦ ਨੈਕਸਟ ਜੋ ਕੰਪੀਟੀਸ਼ਨ ਹੋਵੇਗਾ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਅਤੇ ਦੁੱਗਲ ਕਲੱਬ ਹੁਸ਼ਿਆਰਪੁਰ, ਜੋ ਕਿ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ, ਪੂਰਾ ਸਾਖਰ ਜ਼ਿਲ੍ਹਾ, ਉਹਨਾਂ ਦੀ ਟੀਮ ਦੇ ਦਰਮਿਆਨ ਖੇਡਿਆ ਜਾਵੇਗਾ।
ਔਰ ਮੇਰੀ ਦੋਹਾਂ ਟੀਮਾਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਜਲਦੀ ਹੋ ਸਕੇ ਖੇਡ ਮੈਦਾਨ ਦੇ ਵੱਲ ਚਾਲੇ ਪਾਓ ਤਾਂ ਕਿ ਨੈਕਸਟ ਮੈਚ ਜਿਹੜਾ ਉਹਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਕਰਵਾ ਸਕੀਏ। ਸੋ ਅਨਾਊਂਸ ਕੀਤੀਆਂ ਹੋਈਆਂ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵੱਲ ਚਾਲੇ ਪਾਓ। ਹਾਂਜੀ, ਇੱਕ ਖੁਸ਼ਖਬਰੀ ਆ ਤੁਹਾਡੇ ਸਾਰਿਆਂ ਦੇ ਵਾਸਤੇ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸਮੇਂ ਦੇ ਵਿੱਚ 20 ਰੁਪਈਆਂ ਦਾ ਲੰਗਰ ਚਲਾਇਆ ਸੀ ਔਰ ਅੱਜ ਵੀ ਉਹ ਦੁਨੀਆਂ ਦੇ ਵਿੱਚ ਲੰਗਰ ਚੱਲਦਾ ਹੈ। ਸੋ ਇਸੇ ਤਰ੍ਹਾਂ ਹੀ ਜਸਵਿੰਦਰ ਸਿੰਘ ਜੀ ਲਾਹੌਰੀ ਉਹਨਾਂ ਦੇ ਵੱਲੋਂ ਇੱਧਰ ਜਲੇਬੀਆਂ ਦਾ ਲੰਗਰ ਲਾਇਆ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਵੇਂ ਜਿਵੇਂ ਸਮਾਂ ਮਿਲੇ ਨਾਲ ਹੀ ਆਪਾਂ ਉਹ ਲੰਗਰ ਵੀ ਛਕਣਾ ਗੁਰੂ ਮਹਾਰਾਜ ਦਾ ਤੇ ਨਾਲ ਆਪਾਂ ਜਿਹੜਾ ਕਬੱਡੀ ਹੈ ਇਹਦਾ ਵੀ ਪੂਰਾ ਆਨੰਦ ਮਾਣਨਾ। ਤਰਸੇਮ ਸਿੰਘ ਜੀ ਠੇਕੇਦਾਰ ਇਹਨਾਂ ਦੇ ਭਾਣਜੇ ਆਸਟ੍ਰੇਲੀਆ ਤੋਂ ਆਏ ਆ, ਦੇਖੋ ਨਾਲੇ ਛਿੰਝ ਕਮੇਟੀ ਦੀ ਹੌਸਲਾ ਅਫਜ਼ਾਈ ਕਰ ਰਿਹਾ, 500 ਰੁਪਇਆ ਦੇ ਰਿਹਾ, ਨਾਲ ਖਿਡਾਰੀਆਂ ਦੀ ਵੀ ਹੌਸਲਾ ਅਫਜ਼ਾਈ ਕਰ ਰਿਹਾ ਜੀ। 500 ਰੁਪਇਆ ਗੁਰਜੀਤ ਸਿੰਘ ਵਾਸਤੇ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰੇ ਇਕੱਠੇ ਕਰ ਦਿੰਦੇ ਹੁਣ ਦੁੱਗਲ ਕਲੱਬ ਹੁਸ਼ਿਆਰਪੁਰ।
ਬਾਬਾ ਸੁਖਚੈਨ ਦਾ ਸਪੋਰਟਸ ਕਲੱਬ ਸ਼ਾਹਕੋਟ, ਕਿਰਪਾ ਕਰਕੇ ਜਲਦੀ ਮੈਦਾਨ ਦੇ ਵਿੱਚ ਪਹੁੰਚ ਜਾਣ ਤਾਂ ਕਿ ਆਪਾਂ ਖੇਡ ਮੈਦਾਨ ਦੇ ਵਿੱਚ ਦੁਬਾਰਾ ਫਿਰ ਰੌਣਕ ਲਾ ਸਕੀਏ। ਦੋਹਾਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਣ। ਦੁੱਗਲ ਕਲੱਬ ਹੁਸ਼ਿਆਰਪੁਰ ਅਤੇ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਸ਼ਾਹਕੋਟ ਮਾਈਕ ਦੇ ਉੱਤੇ ਸੇਵਾਵਾਂ ਦੇਣ ਵਾਸਤੇ ਮੇਰਾ ਸਾਥੀ ਖੇਡ ਬੁਲਾਰਾ ਗੁਰਦੇਵ ਮਿੱਠਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਜਾਂਦੀ ਕਿ ਜਿੱਦਾਂ ਜਿੱਦਾਂ ਆਪਾਂ ਨੂੰ ਛਿੰਝ ਅਖਾੜੇ ਦੇ ਵਿੱਚੋਂ ਜਾਂ ਇੱਥੋਂ ਹੌਸਲਾ ਅਫਜ਼ਾਈ ਹੋ ਰਹੀ ਆ, ਉਹਨਾਂ ਨੂੰ ਛਿੰਝ ਕਮੇਟੀ ਵੱਲੋਂ, ਨਗਰ ਪੰਚਾਇਤ ਵੱਲੋਂ, ਸਪੋਰਟਸ ਕਲੱਬ ਵੱਲੋਂ ਸਨਮਾਨਿਤ ਕੀਤਾ ਜਾਣਾ। ਕਿਰਪਾ ਕਰਕੇ ਛਿੰਝ ਕਮੇਟੀ ਦੇ ਪ੍ਰਧਾਨ, ਪੰਚਾਇਤ ਦੇ ਨੁਮਾਇੰਦੇ ਅਤੇ ਕਲੱਬ ਦੇ ਪ੍ਰਧਾਨ ਅਤੇ ਨਾਲ ਹੋਰ ਮੈਂਬਰਾਂ ਨੂੰ ਲੈ ਕੇ ਸਨਮਾਨਿਤ ਕਰਨ ਜੀ। ਲਾਲੀ ਟੈਂਟ ਹਾਊਸ ਲੋਹੀਆਂ ਖਾਸ 1100 ਰੁਪਈਆ, ਕਰਨੈਲ ਸਿੰਘ ਯੂ ਐਸ ਏ ਮਰੀਦਾਲ 1100 ਰੁਪਈਆ, ਮੇਜਰ ਸਿੰਘ ਯੂ ਕੇ ਦਰੀਏਵਾਲ 1100 ਰੁਪਈਆ, ਨਛੱਤਰ ਸਿੰਘ ਯੂ ਐਸ ਏ ਨੂਰਮਹਿਲ ਤੋਂ 10,000 ਰੁਪਈਆ, ਸਵਰਨ ਸਿੰਘ ਜੋਸ਼ਨ ਯੂ ਐਸ ਏ 10,000 ਰੁਪਈਆ, ਬਲਵੰਤ ਸਿੰਘ ਦੀਪੇਵਾਲ 1100 ਰੁਪਈਆ, ਸਰਦਾਰ ਚਾਨਣ ਸਿੰਘ ਕੈਨੇਡਾ ਵਾਲੇ 3100 ਰੁਪਈਆ, ਸੂਰਤ ਸਿੰਘ ਸਨ ਆਫ ਤੇਜਾ ਸਿੰਘ ਜੋ ਕਿ ਐਕਸਚੇਂਜ ਦੀ ਬਤੌਰ ਇਸ ਵੇਲੇ ਮਹਿਕਮੇ 'ਚ ਡਿਊਟੀ ਨਿਭਾ ਰਹੇ 2100 ਰੁਪਈਆ, ਸਰਦਾਰ ਮੱਖਣ ਸਿੰਘ ਜੀ ਦਿੱਲੀ ਤੋਂ ਆਏ ਹੋਏ ਨੇ ਸਪੈਸ਼ਲ ਤੌਰ 'ਤੇ ਚੈਂਜ ਵਾਸਤੇ, ਨਗਰ ਨਿਵਾਸੀ 3100 ਰੁਪਈਆ, ਸਰਦਾਰ ਸਿੰਗਾਰਾ ਸਿੰਘ ਜੀ ਨੀਵੀਆਂ ਕਲਾਲਾਂ ਤੋਂ 5100 ਰੁਪਈਆ। ਇਹਨਾਂ ਸਾਰਿਆਂ ਨੂੰ ਸਟੇਜ ਦੇ ਸਾਹਮਣੇ ਸਨਮਾਨਿਤ ਕੀਤਾ ਜਾਣਾ। ਕਿਰਪਾ ਕਰਕੇ ਕਮੇਟੀ ਵਾਲੇ ਅਤੇ ਨਗਰ ਪੰਚਾਇਤ ਅਤੇ ਕਲੱਬ ਇਹਨਾਂ ਨੂੰ ਸਨਮਾਨਿਤ ਕਰਨ ਜੀ। ਆ ਜਾ ਰਹੇ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਜੀ, ਸਰਦਾਰ ਸਵਰਨ ਸਿੰਘ ਜੀ ਜੋਸ਼ਨ ਸਾਹਿਬ ਕਲੱਬ ਦੇ ਪ੍ਰਧਾਨ ਸਾਹਿਬ ਅਤੇ ਛਿੰਝ ਕਮੇਟੀ ਦੇ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਜੀ ਹਾਂਡਾ ਸਾਹਿਬ, ਸਰਦਾਰ ਮੱਖਣ ਸਿੰਘ ਜੀ ਅਤੇ ਛਿੰਝ ਕਮੇਟੀ ਗ੍ਰਾਮ ਪੰਚਾਇਤ ਸ਼ੀਲਡਾ ਦੇਣ ਵਾਸਤੇ ਜਾ ਰਹੇ, ਆਪ ਕਿਰਪਾ ਕਰਕੇ ਲਾਲੀ ਟੈਂਟ ਹਾਊਸ ਵਾਲੇ ਆ ਕੇ ਆਪਣਾ ਸਨਮਾਨਿਤ ਪ੍ਰਾਪਤ ਕਰਨ ਜੀ। ਲਾਲੀ ਟੈਂਟ ਹਾਊਸ ਲੋਹੀਆਂ ਖਾਸ ਉਹ ਲਾਈਵ ਚੱਲਦਾ ਦੇਖਣ ਦਿਓ। ਇਸ ਤੋਂ ਅੱਗੇ ਕਰਨੈਲ ਸਿੰਘ ਯੂ ਐਸ ਏ ਮਰੀਦਵਾਲ, ਇੱਥੇ ਨਾਂ ਨੀ, ਜਦੋਂ ਨਾਂ ਇੱਥੇ ਆਊਗਾ ਉਦੋਂ ਬੋਲਣਾ। ਦੁਬਾਰਾ ਫਿਰ ਦੁੱਗਲ ਕਲੱਬ ਹੁਸ਼ਿਆਰਪੁਰ, ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ, ਦੋਨਾਂ ਹੀ ਟੀਮਾਂ ਕੀਤੇ ਜਾ ਰਹੇ ਜੀ। ਲਾਲੀ ਟੈਂਟ ਹਾਊਸ ਲੋਹੀਆਂ ਖਾਸ
ਕਰਨੈਲ ਸਿੰਘ ਯੂ ਐਸ ਮਰੀਦਵਾਲ, ਮੇਜਰ ਸਿੰਘ ਯੂ ਕੇ ਦਰੀਏਵਾਲ, ਨਛੱਤਰ ਸਿੰਘ ਯੂ ਐਸ ਨੂਰਮਹਿਲ, ਸਵਰਨ ਸਿੰਘ ਯੂ ਐਸ ਸਵਰਨ ਸਿੰਘ ਜੋਸ਼ਨ ਯੂ ਐਸ, ਸਰਜੀਤ ਸਿੰਘ ਜੀ ਚੰਦੀ, ਸਰਦਾਰ ਚਾਨਣ ਸਿੰਘ ਜੀ ਕੈਨੇਡਾ ਵਾਲੇ, ਬਲਵੰਤ ਸਿੰਘ ਜੀ ਦੀਪੇਵਾਲ, ਸੂਰਤ ਸਿੰਘ ਜੀ ਐਕਸ਼ਨ ਸਾਹਿਬ, ਸਰਦਾਰ ਮੱਖਣ ਸਿੰਘ ਜੀ ਦਿੱਲੀ ਵਾਲੇ, ਸਰਦਾਰ ਸੰਗਾਲਾ ਸਿੰਘ ਜੀ ਨੀਵੀਆਂ ਕੜਾਲਾਂ, ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਬੇਨਤੀ ਕਰੂੰਗਾ ਦੁੱਗਲ ਕਲੱਬ ਹੁਸ਼ਿਆਰਪੁਰ, ਬਾਬਾ ਸੁਖਦੈਨ ਦਾਸ ਕਲੱਬ ਸ਼ਾਹਕੋਟ, ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚੋ ਜੀ। ਅਨਾਊਂਸ ਕੀਤੀਆਂ ਹੋਈਆਂ ਟੀਮਾਂ ਜਲਦੀ ਮੈਦਾਨ ਦੇ ਵਿੱਚ ਪਹੁੰਚਣ। ਅਨਾਊਂਸ ਕੀਤੀਆਂ ਹੋਈਆਂ ਟੀਮਾਂ ਸਾਡੇ ਕੋਲ ਸਨਮਾਨਿਤ ਕਰਨ ਵਾਸਤੇ ਸਾਰੀ ਟੀਮ ਸਟੇਜ ਦੇ ਅੱਗੇ ਪਹੁੰਚ ਚੁੱਕੀ ਆ। ਕਿਰਪਾ ਕਰਕੇ ਆਪਣਾ ਆਪਣਾ ਸਨਮਾਨ ਲੈਣ ਜੀ। ਲਾਲੀ ਟੈਂਟ ਹਾਊਸ ਲੋਹੀਆਂ ਖਾਸ ਸਨਮਾਨਿਤ ਲੈਣ ਜੀ। ਕਰਨੈਲ ਸਿੰਘ ਯੂ ਐਸ ਏ ਮਰੀਦਵਾਲ, ਸਰਬਨ ਸਿੰਘ ਜੀ ਯੂ ਕੇ 2100 ਰੁਪਈਆ ਭੇਜ ਰਹੇ ਜੀ, ਇਹ ਵੀ ਆਪਣਾ ਸਨਮਾਨ ਲੈਣ ਜੀ। ਮੇਜਰ ਸਿੰਘ ਜੀ ਯੂ ਕੇ ਦਰੀਏਵਾਲ, ਲਾਲੀ ਲੈ ਗਿਆ ਇੱਥੋਂ ਇੱਕ, ਮੈਂ ਕਿਹਾ ਜੀ ਉੱਥੇ ਲੈ ਜਾਵਾਂ, ਉੱਥੇ ਜਾਣ ਨਹੀਂ ਦਿੰਦੇ। ਲਾਲੀ ਲੈ ਗਿਆ, ਇੱਕ ਮਿੰਟ ਲਾਲੀ ਟੈਂਟ ਹਾਊਸ ਲੋਹੀਆਂ ਖਾਸ, ਕਰਨੈਲ ਸਿੰਘ ਜੀ ਯੂ ਐਸ ਏ ਮਰੀਦਵਾਲ, ਮੇਜਰ ਸਿੰਘ ਯੂ ਕੇ ਦਰੀਏਵਾਲ, ਨਛੱਤਰ ਸਿੰਘ ਯੂ ਐਸ ਏ ਨੂਰਮਹਿਲ, ਸਵਰਨ ਸਿੰਘ ਜੀ ਜੋਸ਼ਨ ਸਾਹਿਬ ਯੂ ਐਸ ਏ, ਬਲਵੰਤ ਸਿੰਘ ਜੀ ਦੀਪੇਵਾਲ, ਸਰਦਾਰ ਚਾਨਣ ਸਿੰਘ ਜੀ ਕੈਨੇਡਾ ਵਾਲੇ, ਮਾਸਟਰ ਨੂੰ ਕਹਿ। ਅਨਾਊਂਸ ਕੀਤੀਆਂ ਹੋਈਆਂ ਟੀਮਾਂ ਦੇ ਸਾਰੇ ਖਿਡਾਰੀ ਜਲਦੀ ਪਹੁੰਚਣ, ਜਲਦੀ ਪਲੀਜ਼। ਆਪਾਂ ਬਹੁਤ ਲੇਟ ਚੱਲਦੇ ਹਾਂ ਕਿਉਂਕਿ ਇਸ ਤੋਂ ਬਾਅਦ ਸੈਕਿੰਡ ਮੈਚ ਖੇਡਿਆ ਜਾਵੇਗਾ। ਹੈਲੋ, ਸੋ ਬਹੁਤ ਮਾਣ ਸਰਦਾਰ ਜਗਜੀਤ ਸਿੰਘ ਜੀ ਜੋਸ਼ਨ ਜੋ ਕਿ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ। ਹੈਲੋ, ਸਰਦਾਰ ਮੁਖਤਿਆਰ ਸਿੰਘ ਜੀ ਫਲੌਰ ਤੋਂ ਪਹੁੰਚੇ ਨੇ ਜੋ ਕਿ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਨੇ, ਉਹ ਵੀ ਅੱਜ ਇਸ ਨਗਰ ਦੀ ਛਿੰਝ ਦੇਖਣ ਵਾਸਤੇ ਪਹੁੰਚੇ। ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਜਿਹੜੇ ਮਾਨ ਸਨਮਾਨ ਦੇ ਵਿੱਚ ਸਰਦਾਰ ਦਿਲਬਾਗ ਸਿੰਘ ਜੀ ਪ੍ਰਧਾਨ ਸਾਹਿਬ ਨੂੰ ਬੇਨਤੀ, ਆਪਣਾ ਮਾਨ ਸਨਮਾਨ ਲੈ ਲੈਣ ਜੀ।
ਉਸ ਤੋਂ ਬਾਅਦ ਸੁਰਜੀਤ ਸਿੰਘ ਜੀ ਚੰਦੀ ਨਹੀਂ ਨਹੀਂ ਮੈਂ ਬੋਲੂੰਗਾ ਸਰ ਦਿਲਬਾਗ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਚੰਦੀ ਇਹਨਾਂ ਨੂੰ ਮੈਂ ਪਿਆਰ ਦੇ ਨਾਲ ਬੇਨਤੀ ਕਰਾਂਗਾ ਕਿਰਪਾ ਕਰਕੇ ਆਪਣਾ ਮਾਨ ਸਨਮਾਨ ਲੈ ਲੈਣ ਸਰਦਾਰ ਸੁਰਜੀਤ ਸਿੰਘ ਚੰਦੀ ਜਿਨ੍ਹਾਂ ਵੱਲੋਂ 1100 ਦਾ ਇਹ ਮਾਨ ਸੰਤਾਨ ਜਿਹੜਾ ਸਾਡੀ ਸ਼ਿਸ਼ ਕਮੇਟੀ ਵੱਲੋਂ ਦਿੱਤਾ ਗਿਆ ਧੰਨਵਾਦ ਇਸ ਤੋਂ ਬਾਅਦ ਮੈਂ ਬੜੇ ਪਿਆਰ ਨਾਲ ਬੇਨਤੀ ਕਰਾਂਗਾ ਸਰਦਾਰ ਬਲਵੰਤ ਸਿੰਘ ਜੀ ਦੀਪੇਵਾਲ ਤੋਂ ਉਹ ਕਿਰਪਾ ਕਰਕੇ ਆਪਣਾ ਮਾਨ ਸਨਮਾਨ ਲੈ ਲੈਣ ਹੋ ਗਿਆ ਜੀ ਧੰਨਵਾਦ ਜੀ ਸਰ ਚਾਨਣ ਸਿੰਘ ਜੀ ਕੈਨੇਡਾ ਵਾਲੇ ਸਰ ਚਾਨਣ ਸਿੰਘ ਜੀ ਕੈਨੇਡਾ ਨਿਵਾਸੀ ਉਹਨਾਂ ਨੂੰ ਬੇਨਤੀ ਕਿਰਪਾ ਕਰਕੇ ਉਹ ਵੀ ਆਪਣਾ ਮਾਨ ਸਨਮਾਨ ਸਾਡੇ ਪ੍ਰਬੰਧਕਾਂ ਪਾਸੋਂ ਪ੍ਰਾਪਤ ਕਰ ਲੈਣ ਤੇ ਮਿਹਰਬਾਨੀ ਹੋਵੇਗੀ ਸਰ ਚਾਨਣ ਸਿੰਘ ਜੀ ਕੈਨੇਡਾ ਸਰ ਸੂਰਤ ਸਿੰਘ ਸਨ ਆਫ ਸਰ ਤੇਜਾ ਸਿੰਘ ਜੀ ਇਹਨਾਂ ਨੂੰ ਬੇਨਤੀ ਹੈ ਵੀ ਇਹ ਵੀ ਨੇੜੇ ਆਣ ਕੇ ਆਪਣਾ ਮਾਨ ਸਨਮਾਨ ਲੈ ਲੈਣ ਜੀ ਸਰਦਾਰ ਮੱਖਣ ਸਿੰਘ ਜੀ ਦਿੱਲੀ ਵਾਲੇ ਹੋ ਗਿਆ ਜੀ ਸ਼ਿੰਗਾਰਾ ਸਿੰਘ ਜੀ ਨੀਵੀਆਂ ਕੜਾਲਾਂ ਤੋਂ ਹੋ ਗਿਆ ਜੀ ਸਰ ਸਵਰਨ ਸਿੰਘ ਜੂਕੇ ਸਰਵਨ ਸਿੰਘ ਜੂਕੇ ਜੀ ਹੋ ਗਿਆ ਧੰਨਵਾਦ ਜੀ ਬਾਕੀ ਦੇ ਮਾਨ ਸਨਮਾਨ ਜਿਹੜੇ ਆਪਾਂ ਨੂੰ ਲਿਸਟ ਜਾਰੀ ਹੋਵੇਗੀ ਆਪਾਂ ਬਾਅਦ ਦੇ ਵਿੱਚ ਕਰਾਂਗੇ ਲਓ ਜੀ ਅੱਜ ਦੇ ਛਿੰਝ ਮੇਲੇ ਦਾ ਕਬੱਡੀ ਕਲੱਬਾਂ ਦਾ ਪਹਿਲਾ ਮੈਚ ਗਰਾਊਂਡ ਦੇ ਵਿਚਕਾਰ ਹੋਣ ਜਾ ਰਿਹਾ ਹੈ ਮੈਂ ਬੇਨਤੀ ਕਰਾਂ ਛਾਕੋਰ ਤੇ ਉਛਾੜਪੁਰ ਦੀਆਂ ਟੀਮਾਂ ਨੂੰ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤਾਂ ਕਿ ਆਪਾਂ ਕਬੱਡੀ ਓਪਨ ਦਾ ਕਬੱਡੀ ਕਲੱਬਾਂ ਦਾ ਇਹ ਪਹਿਲਾ ਮੈਚ ਗਰਾਊਂਡ ਦੇ ਵਿਚਕਾਰ ਕਰ ਸਕੀਏ ਇੱਕ ਮੇਰੀ ਬੇਨਤੀ ਹੈ ਕਿ ਕੋਈ ਵੀ ਮੇਰਾ ਵੀਰ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਕਿ ਲਾਕੜੀ ਵੀਰ ਗਰਾਊਂਡ ਦੇ ਵਿੱਚ ਨਹੀਂ ਜਾਵੇਗਾ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਗਰਾਊਂਡ ਦੇ ਵਿੱਚ ਉਹੀ ਵੀਰ ਗਰਾਊਂਡ ਦੇ ਵਿੱਚ ਹੋਣਗੇ ਹੋਰ ਕੋਈ ਵੀ ਮੇਰਾ ਵੀਰ ਵਿੱਚ ਨਹੀਂ ਹੋਵੇਗਾ